ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਸਵੀਰ ਸਮੇ ਸਤਸੰਗਤ ਦਾ ਸਮਾਸੀ ਪ੍ਰਾਪਤ ਕੀਤਾ ਹੈ ਗੁਰੂ ਹਜ਼ੂਰੀ ਨੂੰ ਬਾਣਦਿਆਂ ਰੋਜ਼ਾਨਾ ਦੇ ਪ੍ਰਭਾਤ ਰੀ ਦੀਵਾਨਾਂ ਦੀ ਤਰ੍ਹਾਂ ਆਸਾ ਕੀ ਬਾੜ ਦਾ ਕੀਰਤਨ ਹੋਇਆ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਗੁਰੂ ਹੁਕਮ ਗੁਰਵਾਕ ਗਿਆਨੀ ਜੀ ਨੇ ਅਜੇ ਹੁਣੇ ਸਾਨੂੰ ਸਰਵਨ ਕਰਵਾਏ ਪਾਵਨ ਬਚਨਾਂ ਦਾ ਪਾਠ ਆਪ ਨੇ ਸਰਵਨ ਕਰ ਲਿਆ ਹੈ ਬਣੀ ਹੋਈ ਰਵਾਇਤ ਮੁਤਾਬਕ ਪਾਠਾਂ ਦਾ ਦੁਹਰਾਓ ਅਸੀਂ ਨਹੀਂ ਕਰਾਂਗੇ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਅਗਲੇ ਬੰਦੇ ਸਮੇਂ 'ਚ ਹੋਏਗੀ ਸੋ ਵਿਚਾਰ ਨੂੰ ਰਸਮੀ ਤੌਰ ਤੇ ਪ੍ਰారంਭ ਕਰਦੇ ਹਾਂ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰਬਚਨ ਰਾਗ ਤੁਨਹਸਰੀ ਚੋਂ ਆ ਰਿਹਾ ਹੈ ਇਸ ਪਾਵਨ ਸ਼ਬਦ ਦੇ ਨਾਲ ਹੀ ਇਹ ਰਾਗ ਪ੍ਰਾਰੰਭ ਹੋ ਰਿਹਾ ਹੈ ਸੋ ਇਹਦੇ ਚ ਜੋ ਸਰਨਾਵਾ ਹੈ ਉਹ ਸਮੁੱਚੇ ਮੂਲ ਮੰਤਰ ਦੇ ਸਰੂਪ ਨੂੰ ਕੈਰੀ ਕਰ ਰਿਹਾ ਹੈ ਗਲਬਨ ਜੋ ਇਹ ਸਰੂਪ ਸਮੁੱਚਾ ਮੂਲ ਮੰਤਰ ਦਾ ਹੈ ਇਹ ਤੇਤੀ ਵਾਰ ਆਉਂਦਾ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਰ ਪੌਣਿਕ 600 ਵਾਰ ਸੰਖੇਪਤ સ્વરૂਪ ਆਉਂਦਾ ਹੈ। ਕਈ ਵਾਰ ਦਾਨੇ ਲੋਕਾਂ ਨੇ ਬਾਤ ਕੀਤੀ ਉਹ ਕਹਿੰਦੇ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਰਹਾਉ ਦੇ ਬੰਦ ਹੁੰਦੇ ਨੇ ਜਿਹਦੇ ਵਿੱਚ ਮੇਨ ਮੈਸੇਜ ਕੈਰੀ ਹੁੰਦਾ ਹੈ। ਜਿਹਦੇ ਆਲੇ ਦੁਆਲੇ ਬਾਕੀ ਸਾਰਾ ਸ਼ਬਦ ਅਸੀਂ ਵਿਆਖਿਆ ਦੇ ਵਿੱਚ ਲੈ ਕੇ ਆਉਨੇ ਆ। ਪਰ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਰਹਾਉ ਦਾ ਬੰਦ ਦੇਖਣਾ ਹੋਏ then which one would be? ਤੋਂ ਵਿੱਚ ਫਿਰ ਗੁਰਮੁਖ ਖਾਨੇ ਕਿਆ ਇਹ ਮੂਲ ਮੰਤਰ ਹੀ ਸਮੁੱਚੇ ਗੁਰਗ੍ਰੰਥ ਸਾਹਿਬ ਦਾ ਰਹਾਉ ਦਾ ਬੰਦ ਹੈ। ਇਹਦੀ ਹੀ ਵਿਆਖਿਆ ਸਾਰੀ ਇਹਦੇ ਵਿੱਚ। ਸੋ ਵਾਰ-ਵਾਰ ਇਹਦਾ ਦੁਹਰਾਓ ਤਾਂ ਹੀ ਹੋ ਰਿਹਾ ਆ ਤਾਂ ਕਿ ਇਹਦੇ ਤੇ ਅਸੀਂ ਪਾਉਜ਼ ਕਰੀਏ। ਇਹਦੇ ਤੇ ਅਸੀਂ ਥੋੜਾ ਐਫਰਟ ਪਾਈਏ, ਐਮਫਸਾਈਜ਼ ਕਰੀਏ ਆਪਣੀ ਸੁਰਤ ਨੂੰ ਤਾਂ ਕਿ ਇਹ ਚੀਜ਼ ਸਾਡੀ ਸੁਰਤ پکڑ ਸਕੇ। ਬਚਨ ਆ ਰਿਹਾ ਹੈ ਇਹਦੀ ਸ਼ਬਦੀ ਵਿਆਖਿਆ ਕਰਾਂਗਾ ਹੁਣ। ਸਰਨਾਵਾ ਹੈ ਤਨਸਰੀ ਰਾਗ ਤਨਸਰੀ ਚੁਪਦੇਸ਼ ਹੈ ਮਹਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਇਸ ਬਚਨ ਨੂੰ ਚਿਤ ਕਰ ਰਹੇ ਨੇ ਕਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਆ ਕਿ ਤਾਲ ਗੋਚਰੇ ਪਹਿਲੇ ਕਰਨ ਨੂੰ ਇਸਤੇਮਾਲ ਕਰਨਾ ਹੈ ਚੌਪਦੇ 2 ਲਫ਼ਜ਼ ਨੇ ਚੌਪਦੇ ਚੌ ਮੀਨ ਨੰਬਰ 4 ਚਾਰ ਪਦੇ ਮੀਨ ਪਹਿਰੇ 55 ਅਗਲੇਰੇ ਸ਼ਬਦ ਜੋ ਆ ਰਹੇ ਨੇ ਉਹ ਚਾਰ-ਚਾਰ ਪਹਿਰਿਆਂ ਦੇ ਵਿੱਚ ਆਉਣਗੇ ਮਿਲਵੇਂ ਦੁਕਾਨ ਦੇ ਨਾਲ ਮੂਲ ਮੰਤਰ ਦਾ ਸਰੂਪ ਹੈ ਇੱਕ ਓੰਕਾਰ ਇੱਕ ਆ ਜਿਹਨੂੰ ਨਿਊਮਰਲ ਨੰਬਰਸ ਦਾ ਕਿਹਾ ਜਾਂਦਾ ਇਸ ਤਰੀਕੇ ਨਾਲ ਹਿੰਸਿਆਂ ਦੇ ਵਿੱਚ ਜਦੀ ਟ੍ਰਾਂਸਲੇਸ਼ਨ ਸਮੁੱਚੇ ਵਿਆਖਿਆਕਾਰਾਂ ਨੇ ਕੀਤੀ ਹੈ ਕਿਦਾ ਮਤਲਬ ਹੈ ਵਹਿਦ ਇੱਕ ਜਿਹਨੂੰ ਸਿੱਕ ਅੰਗਰੇਜ਼ੀ ਚ ਟਰਾਂਸਲੇਟ ਕਰਦੇ ਆ ਓਨਲੀ ਐਂਡ ਓਨਲੀ ਵਨ ਰੱਬ ਜੀ 2 4 10 15 50 100 2 400 ਨਹੀਂ ਹੈ ਤੁਹਾਡਾ ਰੱਬ ਹੋਰ ਹੈ ਮੇਰਾ ਰੱਬ ਹੋਰ ਹੈ ਫਲਾਂ ਦਾ ਰੱਬ ਹੋਰ ਹੈ ਬਾਬਾ ਜੀ ਕਹਿੰਦੇ ਹੋ ਇੱਕ ਹੀ ਹੈ ਸਬਦਾ ਹੈ ਬਾਣੀ ਚ ਸੀ ਬਚਨ ਪੜ੍ਹੀਏ ਮਹਾਰਾਜ ਕਹਿੰਦੇ ਜਿਹੜਾ ਮੇਰਾ ਸਾਹਿਬ ਹੈ ਏਕੋ ਹੈ ਭਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਕਾਫਰ ਹੈ ਵੀ ਕਿਵੇਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਸਭ ਦਾ ਹੀ ਸਾਂਝਾ ਬਾਪ ਹੈ ਤੇਰੇ ਵਿੱਚੋਂ ਹੀ ਸਭ ਕਾਇਨਾਤ ਸਿਰਜੀ ਗਈ ਹੈ ਤੇਰੇ ਵਿੱਚ ਹੀ ਅਮਾਜ ਆਏਗੀ ਇਹਦੀ ਵਿਆਖਿਆ ਹੁੰਦੀ ਔਂਕਾਰ ਵਿੱਚ ਜਿਹਦੇ ਅਖਰੀ ਅਰਥ ਬਣਦੇ ਨੇ ਉਹ ਦਾ ਮਤਲਬ ਅਵਿਧ ਬਿਨਾ ਕਿਸੇ ਗੈਪ ਤੋਂ ਅੰਗ ਦਾ ਮਤਲਬ ਇਕ ਰਸ ਇਕੋ ਜਿਹਾ ਐਕੂਰੇਟਲੀ ਕਾਰ ਦਾ ਮਤਲਬ ਕੰਟੀਨਿਊਸਲੀ ਲਗਾਤਾਰਤਾ ਦੇ ਨਾਲ ਉਹ ਹਸਤੀ ਜੋ ਸਾਡੇ ਸਭ ਦੇ ਵਿੱਚ ਵਿਦਮਾਨ ਹੈ ਸਾਡੇ ਸਭ ਨੂੰ ਸਾਜ ਰਹੀ ਹੈ ਸਾਡੇ ਸਭ ਨੂੰ ਢਾ ਰਹੀ ਹੈ ਉਹ ਓੰਕਾਰ ਹੈ ਇਸੇ ਓੰਕਾਰ ਦਾ ਜੋ ਗੁਰੂ ਬਾਬਾ ਜੀ ਨੇ ਪਹਿਲਾ ਐਡਜੈਕਟਿਵ ਦਿੱਤਾ ਆ ਜਿਸ ਨੂੰ ਅਸੀਂ ਲਖਬ ਕਹਿੰਨੇ ਆ ਵਿਸ਼ੇਸ਼ਤਾ ਦੱਸਣ ਵਾਲਾ ਸੂਚਕ ਸ਼ਬਦ ਉਹ ਸਤਨਾਮ ਮੁਰਾਦ ਇਹ ਗੱਲਾਂ ਹੋਈਆਂ ਲੋਕਾਂ ਨੇ ਕਿਹਾ ਰੱਬ ਹੈ ਕਿ ਨਹੀਂ ਹੈ ਇਹਦੇ ਬਾਰੇ ਕਿਸੇ ਨੂੰ ਕੋਈ ਕੋਈ ਸਰਟਨ ਨਹੀਂ ਹੈਗਾ ਪਤਾ ਨਹੀਂ ਹੈ ਇਹ ਹੋ ਸਕਦਾ ਮਨੁੱਖ ਦੀ ਕਲਪਨਾ ਹੋਵੇ ਯੂਰਪ ਦੇ ਵਿੱਚ ਵੱਡੇ ਪੱਧਰ ਤੇ ਚਰਚਾ ਚੱਲੀ ਖਾਸ ਕਰਕੇ ਜਦੋਂ ਜਿਸ ਨੂੰ ਅਸੀਂ ਆਧੁਨਿਕਵਾਦ ਕਹਿੰਦੇ ਆ ਮੋਡਰਨਿਜ਼ਮ ਉਹ ਆਮਤ ਲੈਿੰਦਾ ਹੈ ਸਾਈਮਨ ਫਰੌਇਡ ਵਰਗੇ ਨਵੇਂ ਵਿਆਖਿਆਕਾਰ ਆਉਂਦੇ ਨੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਮਨ ਦੇ ਨਾਲ ਸਮਝਦੇ ਹੁਆ ਨੋ ਡਾਊਟ ਬੜਾ ਰੈਵੋਲੂশনারੀ ਥੌਟ ਸੀਗਾ ਪਰ ਜਿਹੜਾ ਉਹਨਾਂ ਦੇ ਸਾਹਮਣੇ ਧਰਮ ਦਾ ਸਟਰਕਚਰ ਸੀ ਉਹ ਬੜਾ ਸੀਮਤ ਸੀਗਾ ਕਿਉਂਕਿ ਵੈਸਟ ਦੇ ਵਿੱਚ ਦੋ ਹੀ ਸਕੂਲ ਆਫ ਥੌਟ ਉਹਨਾਂ ਨੂੰ ਸਮਝ ਆ ਰਹੇ ਸੀਗੇ ਇੱਕ 크ਰਿਸਚੀਅਨਟੀ ਦੂਜਾ ਜੂਡੀਜ਼ਮ no old testament and new testament and they were comparing everything with under the actually explanation of those testaments and due to that that reason they uh, gave some sort of uh, explanation about all over religious schools oh kai wari fir is tareeke na fit nahi baithdiyan kyunki je bani di gal kariye bani sari man di gal kari jandi hai ਤੇ ਉਹ ਉਹ ਗੱਲ ਕਰ ਰਿਹਾ ਹੈ 19ਵੀਂ ਸਦੀ ਦੇ ਵਿੱਚ ਆ ਕੇ ਜਾਂ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਕਿ ਸਾਡੀਆਂ ਸਮੱਸਿਆਵਾਂ ਮਨ ਵਿੱਚੋਂ ਵੇਖਣੀਆਂ ਚਾਹੀਦੀਆਂ ਨੇ ਬਾਣੀਕਾਰ 11ਵੀਂ ਸਦੀ 'ਚ ਬੈਠੇ ਨੇ ਬਾਣੀਕਾਰ 13ਵੀਂ 14ਵੀਂ 15ਵੀਂ 16ਵੀਂ ਸਦੀ 'ਚ ਬੈਠੇ ਨੇ ਉਸ ਸਮੇਂ ਉਹ ਬਾਤਾਂ ਪਾ ਰਹੇ ਨੇ ਮੀਨ ਜੇ ਵਾਕਿਆ ਚੀਜ਼ ਦਾ ਐਕਸਪੋਜ਼ਰ ਸ਼ਾਇਦ ਹੁੰਦਾ ਤੇ ਉਹਦੀ ਕੰਪੈਰੀਜ਼ਨ ਟੋਟਲੀ ਡਿਫਰੈਂਟ ਹੁੰਦਾ ਉਸ ਲੈਵਲ ਤੇ ਖਰ ਜਿਹੜੀ ਮੌਲਿਕ ਰੂਪ ਵਿੱਚ ਗੱਲ ਕਰਨ ਲੱਗਾ ਸੀਗਾ ਉਸਨੇ ਕਿਹਾ ਕਿ ਹਿਮਨ ਸੋਸਾਇਟੀ ਜਿਹੜੀ ਹੈ ਇਸ ਨੂੰ ਆ ਸਾਈਕੋਸਿਸ ਹੋ ਗਿਆ ਆ ਤੇ ਉਹ ਮਤਲਬ ਇੱਕ ਸਿਲੈਕਟਿਵ ਸਾਈਕੋਸਿਸ ਹੈਗਾ ਜਿਹਦੇ ਅੰਦਰ ਜਦੋਂ ਕਿਸੇ ਚੀਜ਼ ਦਾ ਇਹਨੂੰ ਹੱਲ ਨਹੀਂ ਪਤਾ ਲੱਗਦਾ ਇਹਨੂੰ ਸਮਝ ਨਹੀਂ ਆਉਂਦੀ ਇਹ ਕਹਿੰਦਾ ਵੀ ਰੱਬ ਜਾਣਦਾ ਇਹਦੀ ਇਸ ਇਮੇਜਿਨੇਸ਼ਨ ਚੋਂ ਨਿਕਲਿਆ ਚੀਜ਼ ਹੈ ਵੈਸੇ ਉਹ ਐਗਜ਼ਿਸਟ ਨਹੀਂ ਕਰਦਾ ਇਸ ਕਿਸਮ ਦੀ ਗੱਲ ਕੀਤੀ ਹੈ ਬਾਬਾ ਜੀ ਦਾ ਬਚਨ ਏਕ ਓੰਕਾਰ ਤੋਂ ਇੱਕਦਮ ਬਾਅਦ ਸਤਿਨਾਮ ਆ ਮਹਾਰਾਜ ਨੇ ਕਿਹਾ ਮੈਂ ਜਾਣਾ ਨਾ ਜਾਣਾ ਮੈਂ ਸਮਝਾ ਨਾ ਸਮਝਾਂ ਮੇਰੇ ਸਮਝਣਿਆ ਨਾ ਸਮਝਣ ਦੇ ਨਾਲ ਜੋ ਓੰਕਾਰ ਆ ਉਹਦੀ ਹੋਂਦ ਨਾ ਸਥਾਪਿਤ ਹੁੰਦੀ ਏ ਨਾ ਖਤਮ ਹੁੰਦੀ ਏ ਉਹ ਸਤਿਨਾਮ ਆ ਸਤਮੇਨ ਰੀਅਲ ਨਾਮ ਇਨ ਐਗਜ਼ਿਸਟੈਂਸ ਜਿਹਦੀ ਐਗਜ਼ਿਸਟੈਂਸ ਰੀਅਲ ਆ ਮੇਰਾ ਤੁਹਾਡਾ ਭਲੇਖਾ ਨੇਗਾ परम ਨਹੀਂ ਵੀ ਕੋਈ ਹੈ ਕਿ ਨਹੀਂ ਹੈ ਸਭ ਕਹਿੰਦੇ ਸਤਿਨਾਮ ਹੋਂਦ ਵਾਲਾ ਹੈ ਅਲਟੀਮੇਟ ਰਿਐਲਿਟੀ ਹੈ ਉਹ ਇਸ ਤੋਂ ਬਾਅਦ ਹੈ ਕਰਤਾ ਪੁਰਖ ਸਾਨੂੰ ਉਹਨੇ ਬਣਾਇਆ ਹੈ ਕਰਤਾ ਸਾਡਾ ਕ੍ਰੀਏਟਰ ਹੈ ਉਹ ਫਿਰ ਕ੍ਰੀਏਟ ਕਰਕੇ ਦੂਰ ਨਹੀਂ ਚਲਾ ਗਿਆ ਸਾਡੇ ਅੰਦਰ ਹੀ ਵਸ ਗਿਆ ਹੈ ਜ਼ਰਰੇ ਜ਼ਰਰੇ ਚ ਮੌਜੂਦ ਹੈ ਆ ਪੁਰਖ ਇਸ ਲਫ਼ਜ਼ ਦੇ ਅਰਥ ਸਾਡੇ ਭਾਰਤੀ ਖਿੱਤੇ ਦੇ ਵਿੱਚ ਇਵੇਂ ਜਿਵੇਂ ਦਾ ਜੀ ਜਿਨਾਂ ਨੂੰ ਪਾਛਾ ਇਹ ਐਕਸਪੋਜ਼ਰ ਸੀਗਾ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਪੁਰਖ ਦਾ ਮਤਲਬ ਮਾਸਕੁਲਿਨ ਜੈਂਡਰ ਵੀ ਹੁੰਦਾ ਆ ਪੁਰਖ ਦਾ ਮਤਲਬ ਐਫਰਟਫੁੱਲ ਪੁਰਸ਼ਾਰਥੀ ਹੋਣਾ ਵੀ ਹੁੰਦਾ ਆ ਪੁਰਖ ਦਾ ਮਤਲਬ ਪਰੁਚੇ ਹੋਣਾ ਜਿਵੇਂ ਮਾਲਾ ਦੇ ਮੋਤੀ ਹੁੰਦੇ ਤੇ ਮੋਤੀਆਂ ਚ ਧਾਗਾ ਪਰੁਚ ਜਾਂਦਾ ਇਸ ਤਰੀਕੇ ਦੇ ਨਾਲ ਸੋ ਇਹ ਪ੍ਰਕਿਰਤ ਵਿੱਚ ਆ ਰਿਹਾ ਸ਼ਬਦ ਆ ਜਿਸ ਤੋਂ ਮੁਰਾਦ ਹੈ ਪਰੁਚਿਆ ਹੋਇਆ ਉਹ ਕਰਤਾ ਆ ਤੇ ਕਰਤਾ ਹੋ ਕੇ ਪਰੁਚ ਗਿਆ ਆ ਜਿਨੂੰ ਬਣਾਉਂਦਾ ਜਿਸ ਨੂੰ ਸਾਜਦਾ ਉਹਦੇ ਵਿੱਚ ਅਮਾ ਜਾਂਦਾ ਉਹਦੀ ਹਸਤੀ ਇਸ ਰੂਪ ਵਿੱਚ ਵਿਦਮਾਨ ਹੈ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਮੇਰੇ ਤੋਂ ਕੋਈ ਪੁੱਛੇ ਉਹ ਜਗਤ ਦਾ ਨਾਦ ਕਿੱਥੇ ਹੈ ਤੇ ਬਾਬਾ ਜੀ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਉਹ ਜੋਤ ਹੋ ਕੇ ਰਵਿਆ ਸਾਰਿਆਂ ਦੇ ਵਿੱਚ ਉਹਦੀ ਹੀ ਪ੍ਰਕਾਸ਼ਨਾ ਸਭ ਵਿੱਚ ਇਲੂਮੀਨੇਟ ਹੋ ਰਹੀ ਹੈ ਸੋਦੀ ਬਾਤ ਕੀਤੀ ਕਿ ਕਰਤਾ ਪੁਰਖ ਅੱਗੇ ਨਿਰਪਾਉ ਨਿਰਵੈਰ ਇਹ ਉਹ ਦੋ ਗੁਣ ਨੇ ਜਦੋਂ ਰੱਬ ਦਾ ਤਸਵੀਰ ਬੰਦੇ ਦੇ ਜ਼ਿਹਨ 'ਚ ਆਏ ਇਹ ਦੋਨੋਂ ਰਾਈਟ ਵੇ ਆ ਜਾਣੇ ਚਾਹੀਦੇ ਨੇ ਭਾਉ ਡਰ ਅਗਲਾ ਸ਼ਬਦ ਵੀ ਸਾਰਾ ਇਹਦੇ ਤੇ ਖੜਾ ਹੈ ਮਹਾਰਾਜ ਉਹਦੀ ਵਿਆਖਿਆ ਕਰਦੇ ਨੇ ਸਾਡਾ ਜਿਤਨਾ ਕ ਅਮਲ ਆ ਡਰ ਵਿੱਚੋਂ ਨਿਕਲਦਾ ਆ ਮੰਨਿਆ ਗਿਆ ਲਾਲਚ ਬੰਦੇ ਨੂੰ ਚਲਾਉਂਦਾ ਆ ਪਰ ਲਾਲਚ ਨੂੰ ਵੀ ਤੁਸੀਂ ਬਰੀਕੀ ਨਾਲ ਤੋਲੋਗੇ ਤੇ ਉਹਦੇ ਪਿੱਛੇ ਡਰ ਪਿਆ ਹੁੰਦਾ ਆ ਡਰਾਇਆ ਜਾਂਦਾ ਹੈ ਸਕੂਲ ਜਾ ਬੱਚੇ ਨਹੀਂ ਤੇ ਪਿੱਛੇ ਰਹਿ ਜਾਏਗਾ ਡਰ ਪੜ ਲੈ ਨਹੀਂ ਤੇ ਨਹੀਂ ਤੇ ਤੈਨੂੰ ਜੌਬ ਨਹੀਂ ਮਿਲੇਗੀ ਨਹੀਂ ਤੇ ਤੇਰੇ ਕੋਲ ਡਰ 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 ਇਹੀ ਕੰਮ ਕਰਦਾ ਹੈ ਫਿਰ ਇਹ ਵੀ ਹੈ ਕਿ ਦੇ ਬੀਜ ਐਸੇ ਬੀਜੇ ਜਾਂਦੇ ਕਿ ਬੰਦਾ ਡਰ ਦੀ ਦੁਨੀਆ 'ਚ ਜਿੰਦਾ ਫਿਰ ਜਿਸ ਨੂੰ ਐਨਕਸਾਇਟੀ ਕਿਹਾ ਜਾਂਦਾ ਐਕਚੁਅਲ ਲੈਵਲ ਤੇ ਐਂਕਸ਼ੀਅਸ ਫੀਲ ਕਰਨਾ ਇਹਦਾ ਵਜੂਦ ਡਰ ਹੈ ਇਨੂੰ ਦੂਰ ਕਿਵੇਂ ਕਰਾਂਗੇ ਕਾਊਂਟਰ ਕਿਵੇਂ ਕਰਾਂਗੇ ਅਸੀਂ ਗੁਰੂ ਕੇ ਹਜ਼ੂਰ ਬੈਠੇ ਆਂ ਸ਼ਬਦਾਂ ਦੇ ਸ਼ਬਦ ਪੈ ਰੇ ਬਾਣੀ ਦੇ ਵਿੱਚ ਡਰ ਦੇ ਵਿੱਚੋਂ ਇੱਕ ਇਮੋਸ਼ਨ ਆ ਜਿਹੜਾ ਸਾਡੇ ਅੰਦਰ ਕੰਮ ਕਰਦਾ ਇਹਦਾ ਸਿੰਪਟਮ ਕੀ ਹੁੰਦਾ ਬੰਦਾ ਡਾਵਾਂਡੋਲ ਹੋ ਜਾਂਦਾ ਡਾਵਾਂਡੋਲ ਵਾਕਿਆ 'ਚ ਡਰਿਆ ਹੋਇਆ ਬੰਦਾ ਈਵਨ ਆਪਣੇ ਪੈਰਾਂ ਤੇ ਵੀ ਨਹੀਂ ਤੁਰ ਸਕਦਾ ਇਹਨਾਂ ਡੋਲ ਜਾਂਦਾ ਕਬਰਾ ਜਾਂਦਾ ਉਦੇ ਹੱਥ ਪੈਰ ਵੀ ਕੰਬਣ ਲੱਗ ਜਾਂਦੇ। ਬਾਬਾ ਜੀ ਦੀ ਬਾਣੀ ਪੜਦੇ ਆ ਬਾਬਾ ਜੀ ਬਿਆਨ ਕਰਦੇ ਤੂੰ ਕਾਹੇ ਡੋਲੇ ਪ੍ਰਾਣੀਆਂ। हे ਪ੍ਰਾਨਾਂਦ ਨੂੰ ਮੰਨਣ ਵਾਲੇ ਪ੍ਰਾਣੀ ਜਿਉਂਦਰ ਪ੍ਰਾਣ ਚੱਲ ਰਹੇ ਨੇ, ਜੀਵਨ ਚੱਲ ਰਿਹਾ। ਤੂੰ ਕਿਉਂ ਡੋਲ ਰਿਹਾ? ਕਬਰਾਉਣਾ ਕਿਉਂ ਹੈ? ਤੂੰ ਕਾਹੇ ਡੋਲੇ ਪ੍ਰਾਣੀਆਂ? ਕਿਉਂ ਮਹਾਰਾਜ ਤੁਧ ਰੱਖੇਗਾ ਸਿਰਜਣਹਾਰ ਕਰਤਾਪੁਰਖ। ਜਿਨੇ ਬਣਾਇਆ ਉਹ ਰੱਖੇਗਾ। ਜਿਨੇ ਸਾਜਿਆ ਜੀਵਨ ਤੇ ਮੈਂ ਤੇ ਬਣਾਇਆ ਨਹੀਂ ਕਲਬੂਤ ਨੂੰ ਨਾ ਮੈਂ ਬਣਾ ਸਕਦਾ ਇਹ ਤੇ ਬਣਾਉਣ ਵਾਲੇ ਨੇ ਬਣਾਇਆ ਸਾਜਿਆ ਉਸਨੇ ਜਿਨੇ ਸਾਜਿਆ ਉਹਦਾ ਹੁਕਮ ਇਹਦੇ ਨਾਲ ਅੱਜ ਵੀ ਚੱਲ ਰਿਹਾ ਫਿਰ ਭੈ ਕਾ ਦਾ ਡਰ ਕਾ ਦਾ ਇਹ ਚੀਜ਼ ਆ ਗਈ ਜਿਦੀ ਬਿਆਨਤਾ ਹੋ ਰਹੀ ਹੈ ਓੰਕਾਰ ਦੇ ਰੂਪ ਦੇ ਵਿੱਚ ਉਹ ਪੈ ਰਹਿਤ ਇਹ ਵੀ ਵਿਆਖਿਆ ਚ ਲਿਆਂਦਾ ਗਿਆ ਕਿ ਭੈ ਵਾਸਤੇ ਦੋ ਦਾ ਹੋਣਾ ਜ਼ਰੂਰੀ ਹੁੰਦਾ ਆ ਇੱਕ ਡਰ ਦਿੰਦਾ ਆ ਇੱਕ ਡਰ ਲੈਂਦਾ ਆ ਇੱਕ ਡਰ ਨੂੰ ਕ੍ਰੀਏਟ ਕਰਦਾ ਹੈ ਦੂਜਾ ਉਸ ਨੂੰ ਪ੍ਰਸੀਵ ਕਰਦਾ ਹੈ ਜਦੋਂ ਹੈ ਹੀ ਇੱਕ ਕੌਣ ਕ੍ਰੀਏਟ ਕਰੇਗਾ ਕੌਣ ਪ੍ਰਸੀਵ ਕਰੇਗਾ ਉਹ ਆਪ ਹੀ ਹੈ ਨਿਰਪਾਉ ਦੂਸਰਾ ਲਫ਼ਜ਼ ਹੈ ਨਿਰਵੈਰ ਵੈਰ ਜਿਹਦਾ ਸੀਡ ਕਹਿ ਲਓ ਹੇਟ ਹੈ ਨਫ਼ਰਤ ਕਿਸੇ ਨੂੰ ਵੇਖਣਾ ਆਲੇ-ਦੁਆਲੇ ਦੇ ਵਿੱਚ ਤੇ ਉਹਦੇ ਪ੍ਰਤੀ ਅੰਦਰ ਇੱਕ ਆ ਮੰਦ ਭਾਵ ਲੈ ਕੇ ਆਉਣਾ ਇਸ ਤੋਂ ਫਿਰ ਅਗਲਾ ਪੜਾ ਵੈਰਤਾ ਦੇ ਵਿੱਚ ਕਨਵਰਟ ਹੋਈ ਜਾਂਦਾ ਹੈ ਇਹਦੇ ਲਈ ਵੀ ਦੋ ਹੁੰਦੇ ਨੇ ਬਾਬਾ ਜੀ ਕਹਿੰਦੇ ਨਿਰਵੈਰ ਉਹ ਕਿਸੇ ਦਾ ਵੈਰ ਹੀ ਨਹੀਂ ਉਹਦੇ ਨਾਲ ਕੋਈ ਵੈਰ ਨਹੀਂ ਕਮਾਉਂਦਾ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਮੁਰਾਦ ਇਹੋ ਹੀ ਹੈ ਕਿ ਫਿਰ ਵੈਰ ਵਾਸਤੇ ਦੋ ਉਹ ਇੱਕ ਹੀ ਹੈ ਸੋ ਨਿਰਭਉ ਨਿਰਵੈਰ ਜੋ ਸੰਸਾਰ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਅਧਿਆਤਮਿਕ ਕਲੇਮ ਕਰੇ ਉਹਦੀ ਚੇ ਗੁਣ ਰਿਫਲੈਕਟ ਹੋਣੇ ਬੜੇ ਜ਼ਰੂਰੀ ਨੇ ਅਗਲਾ ਹੈ ਅਕਾਲ ਮੂਰਤ ਸਾਡੇ ਉਸ ਖਿੱਤੇ ਦੇ ਵਿੱਚ ਜਾਂ ਦੁਨੀਆ ਪੱਦਰ ਦੇ ਤਨਮਾ ਦੇ ਵਿੱਚ ਕੋਈ ਨਾ ਕੋਈ ਮੂਰਤੀ ਬਣਾਈ ਗਈ ਹੈ ਸ਼ਕਲ ਸੂਰਤ ਦੇ ਰੂਪ ਵਿੱਚ ਸ਼ੇਪ ਦੇ ਰੂਪ ਦੇ ਵਿੱਚ ਕਿਤੇ ਨਾ ਕਿਸੇ ਤਰੀਕੇ ਨਾਲ ਆ ਰੱਬ ਹੈ ਆ ਰੱਬ ਹੈ ਆ ਰੱਬ ਹੈ ਬਾਬਾ ਜੀ ਨੇ ਕਿਹਾ ਉਹਦੀ ਸ਼ਕਲ ਨਹੀਂ ਬਣ ਸਕਦੀ ਉਹ ਮੂਰਤੀ ਮਾਨ ਤੇ ਹੋਏਗਾ ਪਰ ਕਾਲ ਵਿੱਚ ਨਹੀਂ ਅਕਾਲ ਵਿੱਚ ਹੋਏਗਾ ਭਾਵ ਬਿਯੋਂਡ ਐਨੀ ਸ਼ੇਪ অর ਐਨੀ ਸੋਰਟ ਆਫ ਜਿਸ ਨੂੰ ਕਹ ਲਓ ਜਿਸ ਨੂੰ ਤੁਸੀਂ ਕੋਈ ਸ਼ਕਲ ਕਹਿ ਸਕਦੇ ਹੈਗੇ ਬਾਬਾ ਜੀ ਤੇ ਇਹ ਇੱਕ ਵਾਰ ਨਹੀਂ ਤੁਸੀਂ ਪੂਰੀ ਬਾਣੀ ਦਾ ਸੰਕਲਪ ਪੜੋਗੇ ਤੇ ਤੁਹਾਨੂੰ ਵਾਰ-ਵਾਰ ਅਹਿਸਾਸ ਆਵੇਗਾ ਜਿਵੇਂ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਰੋਜ਼ ਮਹਾਰਾਜ ਬਿਆਨ ਹੀ ਕਰਦੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨਜੇ ਮੂਰਤੀ ਦੇ ਚੱਕਰ ਚਿਹਨ ਹੁੰਦੇ ਨੇ ਮੂਰਤੀ ਦੀ ਸ਼ਕਲ ਸੂਰਤ ਹੁੰਦੀ ਹੈ ਕਿਆ ਉਹਦੀ ਕੀ ਬਿਆਨ ਕਰਾਂਗੇ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜੇ ਰੂਪ ਰੰਗ ਅਰ ਰੇਖ ਪੇਖ ਕੂ ਕਹਿ ਨ ਕੋਈ ਬਿਆਨ ਹੀ ਨਹੀਂ ਕਰ ਸਕਦਾ ਆ ਪੇਖ ਆ ਰੂਪ ਇਸ ਰੂਪ ਚ ਅਕਾਲ ਮੂਰਤ ਫਿਰ ਅਗਲੇ ਲਫਜ਼ ਆ ਜੂਨੀ ਓੰਕਾਰ ਸਿਰਜ ਰਿਹਾ ਹੈ ਸਿਰਜਿਆ ਜਾ ਰਿਹਾ ਹੈ ਖਤਮ ਹੋ ਰਿਹਾ ਹੈ ਰੂਪ ਵਟਾ ਰਿਹਾ ਹੈ ਇਹ ਚੀਜ਼ ਹੋ ਰਹੀ ਏ ਕਿਰਿਆ ਸਾਰੇ ਪਰ ਕੋਈ ਸਪੈਸੀਫਿਕ ਇੱਕ ਰੂਪ ਕਿਹਾਤਾ ਜਾਏ ਆ ਰਬ ਦਾ ਰੂਪ ਹੈ ਬਾਬਾ ਜੀ ਕਹਿੰਦੇ ਨਾ ਕਿਉਂ ਕਿਉਂਕਿ ਉਹ ਕਿਸੇ ਸਪੈਸੀਫਿਕ ਸ਼ੇਪ ਦੇ ਵਿੱਚ ਕਦੀ ਨਹੀਂ ਜੰਮਦਾ ਕਦੀ ਨਹੀਂ ਮਰਦਾ ਅਜੂਨੀ ਜੂਨੀ ਜਿਹਦੇ ذریعے ਕੋਈ ਚੀਜ਼ ਕ੍ਰੀਏਟ ਕੀਤੀ ਜਾਂਦੀ ਹੈ ਕਿਸੇ ਨੂੰ ਜਨਮ ਮਿਲਦਾ ਆ ਬਾਬਾ ਜੀ ਕਹਿੰਦੇ ਉਹ ਜਨਮ ਮਰਨ ਤੋਂ ਪਰੇ ਹੈ ਲਿਟਰਲੀ ਤੌਰ ਤੇ ਬਾਣੀ ਦਾ ਬਚਨ ਹੈ ਜਨਮ ਮਰਨ ਤੇ ਰਹਿਤ ਨਾਰਾਇਣ ਇਸ ਤਰ੍ਹਾਂ ਵੀ ਜਾਣਿਆ ਜਾਏ ਅਧਿਆਤਮਿਕ ਤਲ ਤੇ ਬਾਣੀ ਬੜਾ ਲੇਟੈਸਟ ਸਕੂਲ ਆਫ ਥੋਟ ਆ ਇਹ ਵੀ ਮੰਨਿਆ ਗਿਆ ਕਿ ਜਿਹੜੇ ਹਿਊਮਨ ਬਾਇਸ ਨੇ ਇਹ ਜਨਰੇਸ਼ਨਸ ਦੇ ਨਾਲ ਚੱਲਦੇ ਨੇ ਮਲਟੀ ਜਨਰੇਸ਼ਨ ਮਲਟੀ ਜਨਰੇਸ਼ਨਸ ਕੈਰੀ ਕਰਦੀਆਂ ਨੇ ਸਰੂਪ ਦੇ ਵਿੱਚ ਇਹ ਟੁੱਟਦੇ ਨਹੀਂ ਜਲਦੀ ਕਰਕੇ ਬਿਨਾਂ ਸ਼ੱਕ ਕੋਈ ਬੰਦਾ ਇਹ ਵੀ ਕਹੀ ਜਾਏ ਮੈਂ ਇਥੇ ਇਸ ਤਿਆਮਤ ਧਰਮ ਨੂੰ ਨਹੀਂ ਮੰਨਦਾ ਮੈਂ ਇਸ ਤਰੀਕੇ ਨਾਲ ਨਹੀਂ ਹੁੰਦਾ ਪਰ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਉਹਨੂੰ ਕੌਨਸ਼ੀਅਸਲੀ ਆ ਅਨਕੌਨਸ਼ੀਅਸਲੀ ਕੋਈ ਆਸਥਾ ਆਪਣੇ ਵੱਲ ਖਿੱਚ ਰਹੀ ਹੈ ਲੈ ਕੇ ਜਾ ਰਹੀ ਉਸ ਪਾਸੇ ਸਾਡਾ ਅਨਾਲ ਦਾ ਗਵਾਂਡੀ ਮੁਲਖ ਆ ਆ ਉਹਦੇ ਉੱਤੇ ਵੀ ਟਰਸਟ ਇਨ ਗੋਡ ਕਰੰਸੀ ਤੇ ਲਿਖਿਆ ਚਰਚ ਪਰੇ ਤੁਸੀਂ ਚਲੇ ਜਾਓ ਤੁਹਾਨੂੰ ਚਰਚ ਉਹੀ ਮਿਲੇਗਾ ਹਾਂ ਸੋਸਾਇਟੀ ਮਾਡਰਨ এডੂਕੇਸ਼ਨ ਨਾਲ ਬਦਲੀ ਜੋ ਕਿਤਾਬ ਵਿੱਚ ਲਿਖਿਆ ਸੀਗਾ ਸਾਇੰਸ ਨੇ ਉਹਦੇ ਆਪੋਜ਼ਿਟ ਉਹ ਰਾਵਾਂ ਦੇ ਦਿੱਤੀਆਂ ਮੰਨ ਲਈਆਂ ਬਿਲਕੁਲ ਇਨੋਵੇਟਿਵ ਦੁਨੀਆ ਦੇ ਵਿੱਚ ਜਿਵੇਂ ਇਲੈਕਟ੍ਰੀਕਲ ਵੀਕਲ ਦੀ ਗੱਲ ਹੁੰਦੀ ਈਵੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਤਲਬ ਹਾਇਰ ਤੋਂ ਹਾਇਰ ਲੈਵਲ ਤੇ ਪਰ ਫਿਰ ਵੀ ਪਤਾ ਨਹੀਂ ਉਹ ਸ਼ਖਸ ਅਨਕੌਂਸ਼ੀਅਸ ਲੈਵਲ ਤੇ ਕੌਂਸ਼ੀਅਸ ਲੈਵਲ ਤੇ ਜਿਸ ਖਿੱਤੇ ਜਿੱਥੇ ਪਲਿਆ ਸਭ ਕਾਸੇ ਦੇ ਵਿੱਚ ਕਾਰ ਬਣਾਉਂਦਾ ਟੈਸਲਾ ਕਦੀ ਉਹਦਾ ਸਿੰਬਲ ਦੇਖਿਆ ਜੇ ਟੀ ਥੋੜਾ ਧਿਆਨ ਨਾਲ ਦੇਖਿਓ ਬਿਲਕੁਲ ਕ੍ਰਾਸ ਲੱਗੇਗਾ ਤੁਹਾਨੂੰ ਆਸਥਾਨਦਰ ਪਈ ਹੈ ਕਿਵੇਂ ਕੱਢੋਗੇ ਤੁਸੀਂ ਉਸ ਨੂੰ ਮੈਂ ਬਹੁਤ ਉਮਦਾ ਸਾਇੰਟਿਸਟ ਟਿੰਫਲਨਰੀ এনवायरमेंटਲਿਸਟ ਬੜਾ ਤਗੜਾ ਇੱਕ ਅਵਾਰਡ ਵਿਨਿੰਗ ਡਾਕੂਮੈਂਟਰੀ ਦਾ ਕੰਮ ਕੀਤਾ ਸੀ ਉਸਨੇ ਬੁੱਕ ਵੀ ਲਿਖੀ ਸੀ ਵੀ ਆਰ ਦਾ ਵੈਦਰ ਮੇਕਰਸ ਮੌਸਮ ਬਦਲ ਰਿਹਾ ਦੁਨੀਆ ਬਦਲ ਤੇ ਮੌਸਮ ਦੀ ਵੱਡੇ ਪੱਧਰ ਤੇ ਜਿਹੜਾ ਹੈ ਡਰਾਸਟਿਕ ਪਿਕਚਰ ਆ ਰਹੀ ਹੈ ਸਾਹਮਣੇ ਕਿਤੇ ਬੇਤਹਾਸ਼ਾ ਫਲਡਿੰਗ ਹੋ ਰਹੀ ਹੈ ਕਿਤੇ ਬੇਸ਼ਅਤ ਬੇਤਹਾਸ਼ਾ ਡਰਾਟ ਆ ਰਿਹਾ ਹੈ ਮਤਲਬ ਇੱਥੇ ਸਾਡੇ ਮੜੀ ਜੀ ਸਮਰ ਆਉਂਦੀ ਹੈ ਤੇ ਜੰਗਲ ਦੀ ਅੱਗ ਦੀ ਚਾਰਚ ਪਰੇ ਗੱਲ ਹੋ ਰਹੀ ਹੁੰਦੀ ਹੈ ਇਹ ਸਾਰਾ ਕੁਝ ਗਲੋਬਲ ਵਾਰਮਿੰਗ ਦਾ ਹਿੱਸਾ ਆ ਉਹਦੇ ਤੋਂ ਉਸਨੇ ਐਵੀਡੈਂਸ ਐਂਡ ਡਾਟਾ ਬੇਸਡ ਬੁੱਕ ਲਿਖੀ ਪੂਰੇ ਦੀ ਪੂਰੀ ਵੀ ਆਰ ਦਾ ਵੈਦਰ ਮੇਕਰਸ ਉਹ ਬੁੱਕ ਮੈਂ ਪੜ੍ਹੀ ਬੜੇ ਧਿਆਨ ਦੇ ਨਾਲ ਸਿਰਫ ਉਹ ਸਾਰੀ ਇਨਫਰਮੇਸ਼ਨ ਨੂੰ ਦੇਖਣ ਵਾਸਤੇ ਗੈਦਰ ਕਰਨ ਵਾਸਤੇ ਉਹਦੇ ਚੋ ਇੱਕ ਜਗ੍ਹਾ ਤੇ ਜਾ ਕੇ ਬਿਆਨ ਕਰਦਾ ਕਿ ਅਸੀਂ ਨਾਰਥ ਪੋਲ ਸਾਈਡ ਨੂੰ ਉੱਪਰ ਚੜਾ ਗਿਆ ਆਰਕਟਿਕ ਦੇ ਨੇੜੇ ਅਸੀਂ ਸਨੋ ਦੀ ਡ੍ਰਿਲਿੰਗ ਕਰਦੇ ਸੀ ਦੇਖਦੇ ਸੀ ਕਿ ਜਿਹੜੀਆਂ ਸਨੋ ਦੀਆਂ ਲੇਅਰਜ਼ ਗਲੇਸ਼ੀਅਰ ਚ ਜੰਮੀਆਂ ਨੇ ਇਸ ਤਰੀਕੇ ਦੇ ਨਾਲ ਆਇਸ ਦੇ ਰੂਪ ਦੇ ਵਿੱਚ ਉਹ ਕਿਹੜੇ ਸਨ ਦੇ ਚ ਕਿਹੋ ਜੀ ਸਨੋਪ ਪੈਂਦੀ ਸੀ ਕਿੰਨੀ ਪੈਂਦੀ ਸੀ ਕਿਉਂਕਿ ਅੱਜ ਕੱਲ ਉਹਨਾਂ ਦੇ ਕੋਲ ਇਸ ਕਿਸਮ ਦੇ ਟੂਲਸ ਹੈਗੇ ਨੇ ਕਿ ਜਿਹੜੇ ਦੱਸਦੇ ਨੇ ਕਿ ਆਹ ਆਈਸ ਦੀ ਲੇਅਰ ਇੰਨੇ ਸਾਲ ਪੁਰਾਣੀ ਆ ਇੰਨੇ ਸਾਲ ਪੁਰਾਣੀ ਆ ਇੰਨੇ ਸਾਲ ਪੁਰਾਣੀ ਆ ਫਿਰ ਹਰ ਇੱਕ ਜਿਹੜੀ ਉਹ ਆਈਸ ਦੀ ਲੇਅਰ ਬਣੀ ਆ ਉਹਦੇ ਚ ਕਿੰਨੇ ਪਾਰਟੀਕਲ ਪੋਲੂਸ਼ਨ ਦੇ ਨੇ ਕਿਸ ਕਿਸਮ ਦਾ ਪੋਲੂਸ਼ਨ ਹੈ ਕਾਰਬਨ ਕਿੰਨਾ ਆ ਉਹਦੇ ਚ ਮੀਥੇਨ ਕਿੰਨੀ ਆ ਉਹਦੇ ਚ ਦੂਸਰੀਆਂ ਗੈਸਸਿ ਕਿੰਨੀਆਂ ਨੇ ਮਤਲਬ ਸਾਰਾ ਉਸ ਤਰੀਕੇ ਨਾਲ ਪਤਾ ਲੱਗੇ ਤਾਂ ਕਿ ਅਸੀਂ ਕੰਪੈਰੀਜ਼ਨ ਕਰ ਸਕੀਏ ਕਿ ਪਿਛਲੀ ਸਦੀ ਚ ਕਿੰਨਾ ਪੋਲੂਸ਼ਨ ਸੀਗਾ ਉਸ ਤੋਂ ਪਿਛਲੀ ਸਦੀ ਚ ਕਿੰਨਾ ਸੀਗਾ ਕਿਸ ਸਦੀ ਚ ਮੀਥੇਨ ਵਧਣੀ ਸ਼ੁਰੂ ਹੋਈ ਸੋ ਸਾਰਾ ਇੱਕ ਐਵਿਡੈਂਸ ਬੇਸਡ ਉਹਦੀ ਸਨੋਦੀ ਡ੍ਰਿਲਿੰਗ ਕਰਦੇ ਇਸ ਤਰੀਕੇ ਦੇ ਵਿੱਚ ਟਿਊਬਵੈਲ ਦਾ ਬੋਰ ਨਹੀਂ ਕੀਤਾ ਜਾਂਦਾ ਇਸ ਤਰੀਕੇ ਨਾਲ ਵਿੱਚੋਂ ਲੇਅਰ ਬਾਈ ਲੇਅਰ ਉਹਨੂੰ ਕੱਢੀ ਜਾਂਦੇ ਆ ਜਦੋਂ ਕਰਦਿਆਂ ਕਰਦਿਆਂ ਕੋਈ 2000 ਸਾਲ ਪਿੱਛੇ ਗਏ ਉਹ ਲੇਅਰਸ ਨੂੰ ਕੁਰੇਦਿਆ ਤੇ ਉਹ ਕਹਿੰਦੇ ਜਦੋਂ ਉਹ ਵਾਲੀ ਲੇਅਰ ਨਿਕਲੀ ਬਾਹਰ ਤੇ ਅਸੀਂ ਉਹਨੂੰ ਜਦੋਂ ਕਰ ਰਹੇ ਸੀਗੇ ਉਹਦੇ ਉੱਤੇ ਆਪਣੀ ਲੈਬ ਵਿੱਚ ਰਿਸਰਚ ਵਗੈਰਾ ਤੇ ਅਸੀਂ ਸਾਰੇ ਹੱਸ ਰਹੇ ਸੀਗੇ ਕਿ ਇਹ ਨਾ ਇਹ ਉਸ ਸਮੇਂ ਦੀ ਲੇਅਰ ਆ ਜਦੋਂ ਜਿਸਸ ਕ੍ਰਾਈਸ ਦੀ ਫੈਮਿਲੀ ਮੌਜੂਦ ਸੀ ਇੱਥੇ ਦੇਰ not religious people they are not claiming we are religious people they are not writing any religious book over there ਪਰ ਜਿਹੜਾ ਅੰਦਰ ਦਾ ਬਾਇਸ ਆ ਉਹ ਮਰਦਾ ਨਹੀਂਗਾ ਉੱਥੇ ਮੌਜੂਦ ਆ ਮੈਨੂੰ ਐਗਜੈਕਟਲੀ ਇੱਕਦਮ ਖਿਆਲ ਆਇਆ ਮੈਂ ਕਿਹਾ ਇਹ ਕਿਉਂਕਿ ਆਸਥਾ ਇਸ ਤਰ੍ਹਾਂ ਚੱਲਦੀ ਹੈ ਖੈੜੀ ਬੇਨਤੀ ਕਰ ਰਿਹਾ ਹਾਂ ਗਾਹੇ ਬਗਾਹੇ ਗੱਲਾਂ ਰਹੀਆਂ ਆ ਰੱਬ ਦਾ அவਤਾਰ ਹੈ ਆ ਰੱਬ ਦਾ அவਤਾਰ ਹੈ ਗੁਰਬਾਣੀ ਦੇ ਵਿੱਚ ਜਿੰਨਾ ਮਹਾਪੁਰਖਾਂ ਨੇ ਸ਼ਬਦ ਰਚੇ ਨੇ ਉਹਨਾਂ ਵਾਰ-ਵਾਰ ਇੱਕੋ ਜੀ ਤੇ ਵਿਸਾਇਸ ਕੀਤਾ ਜਿਦੀ ਅਸੀਂ ਉਸ ਓੰਕਾਰ ਦੀ ਗੱਲ ਕਰ ਰਹੇ ਆ ਉਹ ਅਜੂਨੀ ਹੈ ਜਨਮ ਮਰਨ ਤੇ ਰਹਿਤ ਨਰਾਇਣ ਉਹਦਾ ਅਜੂਨੀ ਉਹ ਜੁਨਾ ਚ ਨਹੀਂ ਆਉਂਦਾ ਉਹਨੂੰ ਕਿਸੇ ਸਪੈਸੀਫਿਕ ਸ਼ੇਪ ਦੇ ਚ ਰੱਬ ਦਾ ਰੂਪ ਸਮਝ ਕੇ ਪੂਜਣਾ ਨਾ ਸ਼ੁਰੂ ਕਰਿਓ ਜੇ ਬਲਕਿ ਰੱਬ ਦੇ ਸੁਨੇਹੇ ਦੇਣ ਵਾਲੀਆਂ ਹਸਤੀਆਂ ਨੇ ਰੂਪ ਨੇ ਜਿੰਨੇ ਵੀ ਅਧਿਆਤਮਿਕ ਲੋਕ ਨੇ ਸਾਰੇ ਇਸ ਤਰ੍ਹਾਂ ਦੀ ਬਾਤ ਹੋਈ ਹੈ ਅੱਗੇ ਬਚਨ ਆਇਆ ਸੈਭੰਗ ਸੈਭੰਗ ਅਪਰਭਜਿਤਾ ਸ਼ਬਦ ਆ। ਐਗਜ਼ੈਕਟ ਵਰਡ ਬਣਦਾ ਸਵయంਭੂ ਆਪਣੇ ਆਪ ਤੋਂ ਬਣਿਆ ਹੋਇਆ ਸੁਤੇ ਸਿਧ ਪ੍ਰਕਾਸ਼ਿਤ ਜਿਸ ਨੂੰ ਸੀ ਕਿਹਾ ਸੈਲਫ ਇਲੂਮੀਨੇਟਿਡ ਉਸ ਨੂੰ ਕਿਸੇ ਨੇ ਪ੍ਰਕਾਸ਼ਿਤ ਨਹੀਂ ਕੀਤਾ। ਕਿਸੇ ਨੇ ਉਸ ਨੂੰ ਜਿਹੜਾ ਨਹੀਂ ਸਿਰਜਿਆ ਉਹਨੇ ਆਪਣੇ ਆਪੇ ਨੂੰ ਆਪ ਸਿਰਜਿਆ ਹੈ। ਰੱਬ ਕਦੋਂ ਬਣਿਆ? ਕਿੰਨੇ ਬਣਾਇਆ? ਕਿੰਨੇ ਸਾਲ ਪਹਿਲਾਂ ਬਣਿਆ? ਇਹ ਬਾਬਾ ਜੀ ਕਹਿੰਦੇ ਸਾਡੀ ਅਧਿਆਤਮਿਕ ਯਾਤਰਾ ਦਾ ਸਾਡੀ ਸਪਿਰੀਚੁਅਲ ਜਰਨੀ ਦਾ ਕੁਐਸਚਨ ਨਹੀਂ ਹੈਗਾ। ਉਹ ਆਪ ਜਾਣਦਾ ਆਪਣੇ ਆਪ ਨੂੰ ਕਿਵੇਂ ਸਾਜਿਆ ਕਿਵੇਂ ਬਣਾਇਆ ਆ। ਮੇਰਾ ਤਾਂ ਛੋਟਾ ਜਿਹਾ ਲਾਈਫਸਪੈਨ ਆ। ਉਹਦੇ 'ਚ ਇਸ ਫਿਜ਼ੀਕਲ ਸਟਰਕਚਰ ਦੇ ਨਾਲ ਮੇਰੀਆਂ ਆਪਣੀਆਂ ਮਜਬੂਰੀਆਂ ਨੇ, ਮੇਰੀਆਂ ਆਪਣੇ ਕਿਸਮ ਦੀਆਂ ਸੋਚਾਂ ਨੇ। ਆਪ ਦੇਖੋਗੇ ਮੈਂ ਕਈ ਵਾਰੀ ਬੇਨਤੀ ਕਰਦਾ ਅੱਜ ਦੀ ਦੁਨੀਆ ਦੇ ਵਿੱਚ ਜਿੰਨਾ ਮੁਲਕਾਂ 'ਚ ਅਸੀਂ ਬੈਠੇ ਆ ਡਵੈਲਪਮੈਂਟ ਨੇਸ਼ਨਸ ਦੇ ਅੰਦਰ ਖਾਣ-ਪਾਣ, ਰਹਿਣ-ਸਹਿਣ ਕੋਈ ਕਮੀ ਥੋੜਾ ਆ। ਪਰੇ ਸੋਸਾਇਟੀ ਹੈਲਦੀ ਹੈ ਬਿਲਕੁਲ ਨਹੀਂ ਸੋਸਾਇਟੀ ਬਹੁਤ ਹਨ ਹੈਲਦੀ ਹੈ ਮੈਂਟਲੀ ਸਿਕ ਹੈ ਵੱਡੇ ਪੱਧਰ ਤੇ ਸਾਡਾ ਇੱਥੇ ਡਾਟਾ ਇਹ ਦੱਸਤਾ ਆ ਐਵਰੀ 5ਥ ਕੈਨੇਡੀਅਨ ਇਜ਼ ਮੈਂਟਲੀ ਅਨਫਿਟ ਇਹ ਬਹੁਤ ਵੱਡਾ ਡਾਟਾ ਆ ਇਸ ਸਾਰੇ ਦੇ ਵਿੱਚ ਫਿਰ ਸਾਨੂੰ ਕੰਮ ਕਿਤੇ ਤੇ ਕਰਨ ਦੀ ਲੋੜ ਆ ਸਾਨੂੰ ਕੰਮ ਕਰਨ ਦੀ ਲੋੜ ਹੈ ਸਾਡੀ ਉਸ ਮੈਂਟਲ ਹੈਲਥ ਨੂੰ ਬੈਟਰ ਕਰਨ ਵਾਸਤੇ ਅਸੀਂ ਆਪਣੇ ਆਪੇ ਤੇ ਧਿਆਨ ਦਈਏ ਬਾਬਾ ਜੀ ਨੇ ਕਿਹਾ ਤੂੰ ਆਪਣੇ ਆਪੇ ਨਾਲ ਮਿਲਣਾ ਆ। ਬਾਕੀ ਰੱਬ ਉਹ ਤੇ ਸਾਇ ਭੰਗਿਆ। ਸਵੈੰਭੂ। ਉਹਦੇ ਬਾਰੇ ਤੂੰ ਕੀ ਫਿਕਰ ਕਰਦਾ ਆ ਕਦੋਂ ਬਣਿਆ ਕਦੋਂ ਨਹੀਂ ਬਣਿਆ ਇਹਨਾਂ ਸਵਾਲਾਂ ਨੂੰ ਛੱਡ ਦੇ। ਫਿਰ ਮਹਾਰਾਜ ਮੈਨੂੰ ਉਸ ਓੰਕਾਰ ਦੀ ਸਾਂਝ ਦਾ ਕੋਈ ਤਰੀਕਾ ਸਭ ਕਹਿੰਦੇ ਹਾਂ ਗੁਰਪ੍ਰਸਾਦ। ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ। ਸਾਰਾ ਬਾਣੀ ਦਾ ਸੰਦੇਸ਼ ਗੁਰੂ ਉਪਦੇਸ਼ ਹੈ। ਇਹਦੇ ਵਿੱਚ ਗੁਰੂ ਦਾ ਪ੍ਰਸਾਦ ਪ੍ਰਸਾਦ ਜਿਵੇਂ ਸੀ ਦੇਖ ਜਦੋਂ ਪ੍ਰਾਪਤ ਕਰਦੇ ਨੇ ਉਸੇ ਪ੍ਰਸਾਦ ਕਹਿੰਨੇ ਆ। ਹੱਥ ਜੋੜਦੇ ਐਵੇਂ। ਕੱਲਾ ਹੱਥ ਕੋਈ ਐਵੇਂ ਕਰੇ ਪ੍ਰਸਾਦ ਨਹੀਂ ਮਿਲਦਾ। ਦੋਨੋਂ ਹੱਥ ਜੋੜ ਕੇ। ਬੰਦੇ ਨੇ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਆਪਣੇ ਆਪੇ ਨੂੰ ਇਕੱਠਾ ਕਰ। ਜੋੜ ਗੁਰ ਸ਼ਬਦ ਦੇ ਉਪਦੇਸ਼ਤਾ ਦੇ ਨਾਲ ਆਤਮ ਸਾਥ ਹੋ ਜੁੜਿਆ ਹੋਇਆ ਮਨ ਸ਼ਬਦ ਦੇ ਆਗੋਸ਼ ਚ ਆਏਗਾ ਸ਼ਬਦ ਨਾਲ ਜੁੜੇਗਾ ਪ੍ਰਸਾਦ ਪ੍ਰਾਪਤ ਕਰੇਗਾ ਗੁਰ ਪ੍ਰਸਾਦ ਇਹ ਰੂਪਿਆ ਅੱਗੇ ਬਚਨ ਪ੍ਰਾਰੰਭ ਹੋ ਰਿਹਾ ਹੈ ਮੋਸਟਲੀ ਸ਼ਬਦਾਂ ਦੇ ਚ ਇੱਕ ਰਹਾਉ ਦਾ ਬੰਦ ਹੁੰਦਾ ਹੈ ਪਰ ਇਹ ਐਕਸੈਪਸ਼ਨਲ ਐਗਜ਼ਾਮਪਲ ਹੈ ਸਾਡੇ ਸਾਹਮਣੇ ਇਹਦੇ ਚ ਚਾਰ ਰਹਾਉ ਦੇ ਪਦੇ ਨੇ ਹਰ ਇੱਕ ਸਤਰ ਹੀ ਆਪਣੇ ਆਪ ਚ ਇੱਕ ਮੈਸੇਜ ਕੰਪਲੀਟ ਮੈਸੇਜ ਕੈਰੀ ਕਰ ਰਹੀ ਹੈ ਬਿਲਕੁਲ ਸ਼ੁਰੂਆਤੀ ਬੰਦ ਤੇ ਵਿਚਾਰ ਪ੍ਰారంਭ ਕਰਦੇ ਹਾਂ ਜਿਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਜਿਉ ਡਰਤ ਹੈ ਆਪਣਾ ਦਰਦ ਦੀ ਨਿਰਵਰਤੀ ਵਾਸਤੇ ਅਸੀਂ ਰੌਲਾ ਪਾਉਨੇ ਆ ਅਸੀਂ ਹਾਲੇ ਦਿਵਾਲੇ ਜੇ ਬਹੁਤ ਸਰਲ ਕਰ ਲਿਆ ਜਾਏ ਮਾਡਰਨ ਸਾਈਕੋਲੋਜੀ ਦੇ ਚ ਗੱਲ ਤੇ ਬੜੀ ਬੜੀ ਇਮਫਸਾਈਜ਼ ਕੀਤਾ ਗਿਆ ਹੈ ਕਿ ਜਿਹੜਾ ਬੰਦਾ ਐਕਸਟਰਾਵਰਟਡ ਹੁੰਦਾ ਆ ਮੀਨ ਐਕਸਟਰਾਵਰਟਡ ਬੜਾ ਓਪਨਲੀ ਗੱਲਾਂ ਕਰਨ ਵਾਲਾ ਸੋਸ਼ੀਅਲਾਈਜ਼ ਹੋਣ ਵਾਲਾ ਆਲੇ ਦੁਆਲੇ ਨਾਲ ਰੌਲਾ ਪਾਉਣ ਵਾਲਾ ਕਹਿੰਦੇ ਇਨਡੀਡ ਉਹ ਇੰਟਰਵਰਟਡ ਹੁੰਦਾ ਆ ਉਹ ਬੜਾ ਡਰਿਆ ਹੁੰਦਾ ਹੈ ਅੰਦਰੋਂ ਉਹਨੂੰ ਇਹ ਹੁੰਦਾ ਹੈ ਕਿ ਮੇਰੇ ਡਰ ਦਾ ਕਿਸੇ ਨੂੰ ਪਤਾ ਨਾ ਲੱਗ ਜੇ ਮੇਰੇ ਬਾਰੇ ਕੋਈ ਜਾਣ ਨਾ ਲਏ ਇਸ ਕਰਕੇ ਬੋਲੀ ਜਾਂਦਾ ਉੱਚੀ ਉੱਚੀ ਜੋਕ ਕਰੀ ਜਾਂਦਾ ਹੱਸੀ ਜਾਂਦਾ ਠੱਠਾ ਅੰਦਰ ਅੰਦਰ ਉਹ ਤੇ ਡਰ ਪਿਆ ਸਾਰਾ ਬੰਦਾ ਡਰਿਆ ਹੋਇਆ ਰੋਲਾ ਪਾਉਂਦਾ ਕਿ ਕਿਤੇ ਮੇਰੇ ਡਰ ਡਰ ਨੂੰ ਕੋਈ ਆਭਾਸ ਨਾ ਲਏ ਕੋਈ ਪਕੜ ਨਾ ਲਏ ਆਪਕਾ ਦੇਖੋਗੇ ਬੱਚਾ ਆ ਉਹ ਕੋਈ ਚੀਜ਼ ਕਰਨੀ ਚਾਹੁੰਦਾ ਤੇ ਅਸੀਂ ਕਹਿੰਦੇ ਕਮਾਲ ਆ ਇਹ ਕਿਉਂ ਨਹੀਂ ਕਰਦਾ ਆ ਕੰਮ ਕਿਉਂ ਨਹੀਂ ਆਰਾਮ ਨਾਲ ਕਰ ਲੇਗਾ ਪਰ ਉਹ ਕਰਨ ਦੀ ਬਜਾਏ ਸ਼ਰਾਰਤਾਂ ਕਲਦਾਈਲ ਤਾਂ ਕਰਦਾ ਰੋਲਾ ਪਾਉਂਦਾ ਕਾਰਨ ਉਹਦਾ ਕਾਰਨ ਉਹਦਾ ਇਹ ਹੈ ਕਿਉਂਕਿ ਉਹਦੇ ਤੋਂ ਹੁੰਦਾ ਨਹੀਂਗਾ ਇਹ ਕਹਿਣ ਦੀ ਬਜਾਏ ਕਿ ਮੈਂ ਕਰ ਨਹੀਂ ਪਾ ਰਿਹਾ ਮੇਰੇ ਤੋਂ ਹੋ ਨਹੀਂ ਰਿਹਾ ਆਮ ਨੋਟ ਕੈਪੇਬਲ ਇਹ ਬੜਾ ਔਖਾ ਆ ਉਹ ਫਿਰ ਉਹ ਰੋਲਾ ਪਾਉਂਦਾ ਸ਼ਰਾਰਤਾਂ ਕਰਦਾ ਇਲਤਾਂ ਕਰਦਾ ਤਾਂ ਕਿ ਉਸ ਪਾਸੇ ਧਿਆਨ ਨਾ ਜਾਏ ਜਿਹੜੀ ਐਕਚੁਅਲ ਚੀਜ਼ ਆ ਮਹਾਰਾਜ ਕਹਿੰਦੇ ਜੀਓ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਇਸ ਡਰ ਦੀ ਨਿਰਵਿਰਤੀ ਵਾਸਤੇ ਕਿਧੇ ਕੋਲ ਜਾ ਕੇ ਰੋਲਾ ਪਾਵਾਂ ਕਿਨੂੰ ਜਾ ਕੇ ਕਹਾ ਆ ਡਰਿਆ ਮੇਰੇ ਅੰਦਰ ਆ ਸਹਿਮ ਹੈ ਮੇਰੇ ਅੰਦਰ ਆਪਾਂ ਹੋਣਾ ਸੱਚਿਆਰ ਸੱਚਿਆਰ ਉਹ ਹੁੰਦਾ ਜਿਹੜਾ ਧਿਆਨਤਦਾਰ ਹੁੰਦਾ ਹੈ ਇਮਾਨਦਾਰ ਆਨੈਸਟ ਬੰਦੇ ਦੇ ਅੰਦਰ ਜੇ ਆਨੈਸਟ ਲੈਵਲ ਨਹੀਂ ਹੈਗਾ ਮੈਨੂੰ ਪਤਾ ਹੋਏ ਮੇਰੀ ਮੇਰੀ ਲੋੜ ਕੀ ਹੈ ਮੈਨੂੰ ਪਤਾ ਹੋਏ ਮੈਨੂੰ ਕਿਸ ਚੀਜ਼ ਨੇ ਤੰਗ ਕੀਤਾ ਆ ਮੇਰੀ ਕਮਜ਼ੋਰੀ ਕੀ ਹੈ ਫਿਰ ਉਸ ਨੂੰ ਮੈਂ ਆਪਣੇ ਗੁਰੂ ਆਪਣੇ ਉਸ ਆਸਥਾ ਦੇ ਰੰਗ ਚ ਪਾ ਕੇ ਉਹਦੇ ਸਾਹਮਣੇ ਪ੍ਰੇਜ਼ੈਂਟ ਕਰਾਂ। ਇਹੀ ਗੁਰੂ ਬਾਬਾ ਜੀ ਨੇ ਸਿਖਾਇਆ ਸੀਗਾ। ਬਾਬਾ ਜੀ ਕਹਿੰਦਾ ਲੁਕਾ ਛੁਪਾਣਾ ਬੋਲ ਦੱਸ। ਪਰ ਬੋਲ ਦੱਸ ਅਧਿਕਾਰੀ ਸਹੀ ਨੂੰ। ਇੱਥੇ ਗੁਰ ਸ਼ਬਦ ਦੀ ਗੱਲ ਹੋ ਰਹੀ ਹੈ। ਮਨ ਨੇ ਮਨ ਦੇ ਜ਼ਰੀਏ ਉਸ ਸ਼ਬਦ ਦੇ ਸਾਹਮਣੇ ਆਪਣੇ ਆਪੇ ਨੂੰ ਰੱਖਣਾ ਹੈ। ਜੀਉ ਦਰਥ ਹੈ ਆਪਣਾ ਕੈਸਿਉ ਕਰੀ ਪੁਕਾਰ। ਕਿਆ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ। ਉਸ ਦੁੱਖ ਨੂੰ ਵਿਸਾਰਨ ਵਾਸਤੇ ਦੂਰ ਕਰਨ ਵਾਸਤੇ ਵਿਸਰਜਿਤ ਲਫਜ਼ ਵਿਸਰਜਤ ਆ ਕਿਸੇ ਚੀਜ਼ ਨੂੰ ਆਪਣੇ ਤੋਂ ਦੂਰ ਐਲੀਮੀਨੇਟ ਕਰ ਦੇਣਾ ਹਾਲਾਂਕਿ ਇਹ ਕੋਨਾਂ ਦੀ ਆਪਣੀ ਆਸਥਾ ਦਾ ਢੰਗ ਆ ਪਰ ਆਪਨੇ ਦੇਖਿਆ ਹੋਵੇਗਾ ਕਿ ਇੰਡੀਆ ਦੇ ਵਿੱਚ ਉਹ ਇੱਕ ਸਮਾਂ ਹੁੰਦਾ ਇੱਕ ਖਾਸ ਕਿਸਮ ਦੇ ਨਾਲ ਪੂਜਾ ਵਗੈਰਾ ਕਰਦੇ ਫਿਰ ਉਹ ਮੂਰਤੀ ਦਾ ਵਿਸਰਜਨ ਕਰ ਦਿੰਦੇ ਦੂਰ ਆਪਣੇ ਤੋਂ ਦੂਰ ਕਰ ਦਿੰਦੇ ਉਹ ਕਹਿੰਦੇ ਪੀ ਇਹ ਸਾਰੀਆਂ ਸਾਡੀਆਂ ਬਿਪਤਾ ਮੁਸ਼ਕਲਾ ਲੈ ਕੇ ਇਹ ਹੁਣ ਜਿਹੜੀ ਸਾਡੀ ਮੂਰਤੀ ਹੈ ਜਾ ਰਹੀ ਹੈ ਸਾਡੇ ਕੋਲੋਂ ਹਾਲਾਂਕਿ ਉਹ ਪੋਲਿਊਸ਼ਨ ਦਾ ਇੱਕ ਵੱਡਾ ਜਿਹੜਾ ਹੈਗਾ ਰੀਜ਼ਨ ਬਣ ਰਿਹਾ ਉੱਤੇ ਪਰ ਐਕਚੁਅਲੀ ਇਸ ਕਿਸਮ ਦੀ ਸੋਚ ਰੱਖਦੇ ਹੋ ਇੱਥੇ ਕੀ ਹੈ ਦੁੱਖ ਵਿਸਾਰਨ ਸੇਵਿਆ ਜਦੋਂ ਮੈਂ ਗੁਰਸ਼ਬਦ ਦੇ ਸੰਦੇਸ਼ ਦੇ ਜ਼ਰੀਏ ਉਸ ਵੱਡੀ ਰੱਬੀ ਆਸਥਾ ਦੀ ਸੇਵਾ ਵਿੱਚ ਲੱਗ ਗਿਆ ਮੇਰੇ ਦੁੱਖ ਵਿਸਰ ਗਏ ਇਸ ਨੂੰ ਹੋਰ ਸਰਲ ਕਰ ਲਿਆ ਕਰ ਲਿਆ ਜਾਏ ਸਪੋਜ਼ ਕੋਈ ਦੰਦ ਦੁਖਦਾ ਹੈ ਕੋਈ ਛੋਟਾ ਮੋਟਾ ਸ਼ਰੀਰ ਦੇ ਚੰਗਿਸ਼ ਕੇ ਦੁਖ ਕੋਈ ਪੀੜਾ ਹੋ ਰਹੀ ਹੈ ਤੇ ਸਾਡਾ ਬ੍ਰੇਨ ਵਾਰ-ਵਾਰ ਉਹਦੇ ਤੇ ਧਿਆਨ ਦੇ ਰਿਹਾ ਐ ਐਮਫਸਾਈਜ਼ ਕਰ ਰਿਹਾ ਐ ਤੇ ਉਹ ਦਰਦ ਹੈ ਤੇ ਉਹ ਨਾ ਹੀ ਐ ਪਰ ਵਾਰ-ਵਾਰ ਧਿਆਨ ਦੇਣ ਦੇ ਨਾਲ ਉਹ ਵੱਧ ਰਿਹਾ ਧਿਆਨ ਬਦਲ ਜਾਏ ਭੁੱਲੀ ਜਾਏਗਾ ਕਿ ਹੋ ਵੀ ਰਿਹਾ ਐ ਐਕਚੁਅਲੀ ਦੁੱਖ ਵਿਸਾਰਨ ਸੇਵਿਆ ਜੋ ਤੁਸੀਂ ਵੱਡੀ ਸੇਵਾ ਚ ਲੱਗ ਜਾਂਦੇ ਹੋ ਉਹ ਵਿਸਰ ਜਾਂਦਾ ਹੈ ਉਹ ਚਲਾ ਜਾਂਦਾ ਹੈ ਵਿਸਰਜਿਤ ਹੋ ਜਾਂਦਾ ਹੈ ਸਾਡੀਆਂ ਜੀਵਨ ਦੀਆਂ ਬਹੁਤੀਆਂ ਡਰ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਦੁਖੀ ਕਰਦੀਆਂ ਨੇ ਉਹ ਸਾਡੇ ਮਨ ਦੇ ਸਿਰ ਜੇ ਡਰ ਨੇ ਜੋ ਹੈ ਨਹੀਂ ਐਗਜ਼ਿਸਟ ਨਹੀਂ ਕਰਦੇ ਓਵਰ ਥਿੰਕਿੰਗ ਬਿਨਾਂ ਵਜਾ ਚੀਜ਼ਾਂ ਤੇ ਐਮਫਸਾਈਜ਼ ਕਰੀ ਜਾਣਾ ਆ ਹੋ ਜਾਏਗਾ ਆ ਹੋ ਜਾਏਗਾ ਉਹ ਭਲਿਆ ਜੇ ਹੋਏਗਾ ਤੇਰੇ ਤੇ ਕੋਲ ਦੇ ਉਸ ਲੈਵਲ ਦਾ ਕੰਟਰੋਲ ਵੀ ਨਹੀਂ ਹੋਣਾ ਦੈਨ ਵਾਈ ਵਾਈ ਆਰ ਯੂ ਐਚਚੁਅਲੀ ਹੈਵਿੰਗ ਸੋ ਮਚ ਵਰੀਜ਼ ਅਬਾਊਟ ਇਟ ਨੋ ਲੀਵ ਇਟ ਕਿਆ ਦੂਖ ਵਿਸਾਰਨ ਸੇ ਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਨੀਤ ਨਵਾ ਕੁਦਰਤ ਦਾ ਇੱਕ ਆਪਣਾ ਰੂਪ ਆ ਨਵੀਨਤਾ ਕਿਆ ਜੰਦਾ ਸਾਡੇ ਬ੍ਰੇਨ ਦੇ ਸੈਲ ਜਿਹੜੇ ਨੇ ਕੁਝ ਸਮੇ ਬਾਦਰੀ ਫਰੈਸ਼ ਹੋ ਜਾਂਦੇ ਨੇ ਸਾਡਾ ਬਲੱਡ ਜਿਹੜਾ ਆ ਲਗਾਤਾਰ ਸਾਡੇ ਲੀਵਰ ਦੇ ਜ਼ਰੀਏ ਰਿਫਰੈਸ਼ ਹੋਈ ਜਾਂਦਾ ਹੈ। ਹਾਂ ਜਿਹੜੀ ਚੀਜ਼ ਨਹੀਂ ਹੋ ਰਹੀ ਸਾਡੀ ਸੋਚ ਸੋਚ ਨਵੀਨਤਾ ਚਾਉਣੀ ਚਾਹੀਦੀ ਹੈ। ਹਰ ਚੜ੍ਹਿਆ ਦਿਨ ਇੱਕ ਨਵਾਂ ਸੁਨੇਹਾ ਲੈ ਕੇ ਆਉਂਦਾ ਹੈ, ਨਵੀਂ ਸਵੇਰ। ਉਸ ਨੂੰ ਸਰੂਪ ਵਿੱਚ ਦੇਖ। ਕਿਆ ਸਾਹਿਬ ਮੇਰਾ ਨੀਤ ਨਵਾਂ ਉਹ ਹਰ ਰੋਜ਼ ਐਵੇਂ ਮਿਲਦਾ ਮੈਨੂੰ ਜਿਵੇਂ ਪਹਿਲੀ ਵਾਰ ਮਿਲ ਰਿਹਾ ਨਵੇਂ ਰੂਪ ਦੇ ਵਿੱਚ। ਸਦਾ ਸਦਾ ਦਾਤਾ ਤੇ ਸਦਾ ਉਹ ਬਖਸ਼ਣ ਵਾਲਾ ਨਵਾਜਣ ਵਾਲਾ ਆ ਅਗਲਾ ਬਚਨ ਹੈ ਅੰਨ ਦਿਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ ਜਿਸ ਨੇ ਅਖੀਰ ਸਾਡਾ ਅਕਸਰ ਵਿੱਚ ਦੁੱਖ ਸੁੱਖ ਦਾ ਪਾਈਵਾਲ ਬਣਨਾ ਆ ਇਸ ਤਰ੍ਹਾਂ ਜਾਣੀਏ ਬੰਦੇ ਨੂੰ ਅੰਨ ਅਨਾਜ ਪਾਣੀ ਹਵਾ ਇਹ ਸਭ ਚਲਾਉਂਦੀਆਂ ਨੇ ਫਿਜ਼ੀਕਲ ਸਟਰਕਚਰ ਨੂੰ ਪਰ ਐਕਚੁਅਲ ਲੈਵਲ ਤੇ ਫਿਜ਼ੀਕਲ ਸਟਰਕਚਰ ਤੋਂ ਵੀ ਵੱਡੀ ਜਿਹੜੀ ਚੀਜ਼ ਆ ਉਹ ਸਾਡੀ ਮਨੋਵੇਗਤਾ ਆ ਮਨ ਸ਼ਕਤੀ ਹੈ ਜਿਹੜੀ ਸਾਡੀ ਵਿਚਾਰਾਂ ਨਾਲ ਚੱਲਦੀ ਹੈ ਜੇ ਬੰਦੇ ਨੂੰ ਵਿਚਾਰ ਹੀ ਟੈ ਪੈਣ ਵਾਲੇ ਮਤਲਬ ਉਸ ਨੂੰ ਫਨਾ ਕਰਨ ਵਾਲੇ ਨੁਕਸਾਨ ਕਰਨ ਵਾਲੇ ਦੇਣੇ ਸ਼ੁਰੂ ਕਰ ਦਿਓਗੇ ਉਹ ਨਹੀਂ ਚੱਲ ਸਕੇਗਾ ਇਸ ਲਈ ਸਾਡੀ ਜਿਹੜੀ ਬਾਕੀ ਸਾਰਾ ਫੂਡ ਇਨਟੇਕ ਆ ਸਾਡੀਆਂ ਫਿਜ਼ੀਕਲ ਨੀਡਸ ਨੇ ਉਹਨਾਂ ਤੇ ਤੇਮਫਸਾਈਜ਼ ਅਸੀਂ ਕਰਦੇ ਆ ਪ੍ਰਹਾਉਟ ਦਿਸ ਵਨ ਮਹਾਰਾਜ ਕਹਿੰਦੇ ਅਨੰਦਿਨ ਸਾਹਿਬ ਸੇਵੀ ਆ ਜਿਹੜਾ ਅੰਤ ਜਿਹੜੀ ਅਲਟੀਮੇਟ ਤਰੀ ਹੈ ਹੈਲਪ ਹੈ ਅੰਤ ਛਡਾਏ ਸੋਏ ਜਿਸਨੇ ਖੀਰ ਤੈਨੂੰ ਛਡਾਉਣਾ ਹਰ ਅਲਾਮਤ ਤੋਂ ਉਹਦੇ ਤੇਰੇ ਵਿਚਾਰ ਹੀ ਨੇ ਖਿਆਲ ਹੀ ਨੇ ਸੋਚਾ ਹੀ ਨੇ ਤੇਰੀ ਜਿਵੇਂ ਜੇ ਹੁਣੇ ਬੇਨਤੀ ਕੀਤੀ ਕਿ ਕੋਈ ਚੀਜ਼ ਮੜ ਜਕੇ ਤੇ ਦੁੱਖ ਦੇ ਰਹੀ ਹੈ ਧਿਆਨ ਉੱਤ ਦੂਜੇ ਪਾਸੇ ਕੀ ਲੈ ਕੇ ਜਾਏਗੀ ਵਿਚਾਰ ਹੁਣ ਅਸੀਂ ਕਈ ਵਾਰੀ ਦੇਖਦੇ ਆ ਜਿਹੜਾ ਰੈਸ਼ਨਲ ਵੇ ਨਾਲ ਸੋਚਣਾ ਆ ਇਹ ਕਈ ਜਗ੍ਹਾ ਤੇ ਜ਼ਰੂਰੀ ਹੁੰਦਾ ਹੈ ਕਈ ਜਗ੍ਹਾ ਤੇ ਬਲੀਵ ਨਾਲ ਸੋਚਣਾ ਬੜਾ ਜ਼ਰੂਰੀ ਹੁੰਦਾ ਰੈਸ਼ਨਲ ਮਾਈਂਡ ਨਹੀਂ ਕੰਮ ਕਰਦਾ ਇਸ ਸਾਰੇ ਦੇ ਵਿੱਚ ਕਿਵੇਂ ਡਿਸਟਿੰਗੁਇਸ਼ ਕਰਨਾ ਹੈ ਵਿਵੇਕ ਦੱਸਦਾ ਸਾਨੂੰ ਇਹ ਬਹੁਤ ਸਰਲ ਕਰ ਦੇਣਾ ਇਸ ਤਰ੍ਹਾਂ ਜਾਣੀਏ ਕਿ ਸਾਡੀ ਸਾਰਿਆਂ ਦੀ ਇੱਕ ਹਿਸਟਰੀ ਹੈ ਥੋੜਾ ਸਾਡਾ ਪਛੋਕੜ ਆ ਪਛੋਕੜ ਇਸ ਤਰੀਕੇ ਨਾਲ ਕਹਿ ਲਿਆ ਜਾਏ ਸਰਲ ਕਰਕੇ ਜਿਵੇਂ ਬੱਚਾ ਆਇਆ ਉਹ ਨਵੀਂ ਕਲਾਸ ਵਿੱਚ ਗਿਆ ਜਾਂਦਿਆਂ ਨਾਲ ਟੀਚਰ ਨੇ ਜਾਦਾ ਕੰਮ ਦੇ ਦਿੱਤਾ ਉਹ ਕਿਸ ਅਸਾਈਨਮੈਂਟ ਦੇ ਦਿੱਤੀ ਨਵੀਂ ਕਲਾਸ ਨਵਾਂ ਸਕੂਲ ਜਾਦਾ ਵੱਡਾ ਟਾਰਗਟ ਜਿਹੜਾ ਹੈਗਾ ਅਕੈਡੈਮਿਕਲੀ ਲੋਡ ਦੇ ਦਿੱਤਾ ਕੁਝ ਬੱਚੇ ਨੇ 2 ਹਫ਼ਤਿਆਂ ਬਾਅਦ ਗਿਵ ਅਪ ਕਰਤਾ ਆਈ ਕੈਨ ਨੋਟ ਡੂ ਇਟ ਇਟਸ ਟੂ ਮੱਚ ਆਮ ਡੰਮ ਆਮ ਨੋਟ ਕੈਪेबल ਟੂ ਡੂਇੰਗ ਇਟ ਇਸ ਕਿਸਮ ਦੀ ਗੱਲ ਹੋਊਗੀ ਹੋਏਗਾ ਕਿ ਉਹ ਰੈਸ਼ਨਲ ਮਾਈਂਡ ਕੰਮ ਕਰੇਗਾ ਨੋ ਜੇ ਤੂੰ ਕੈਪेबल ਨਾ ਹੁੰਦਾ ਤੂੰ ਇਸ ਕਲਾਸ ਵਿੱਚ ਨਹੀਂ ਸੀ ਆਉਣਾ ਉਹ ਪਿੱਛੇ ਦੇ 4 5 6 ਜਿੰਨੀਆਂ ਜ਼ਮਾਤਾਂ ਪਾਸ ਕੀਤੀਆਂ ਦੇਖ ਇੱਕ ਹਿਸਟਰੀ ਰੈਸ਼ਨਲ ਥਿੰਕਿੰਗ ਹੈ ਜੇ ਤੂੰ ਆ ਕਰ ਸਕਦਾ ਹੈ ਆ ਕਰ ਸਕਦਾ ਹੈ ਆ ਕਰ ਸਕਦਾ ਹੈ ਆ ਵੀ ਕਰ ਸਕਦਾ ਹੈ ਹਾਂ ਮੈਥਡ ਨਹੀਂ ਠੀਕ ਹੋ ਸਕਦਾ ਮੈਥਡ ਬਦਲ ਕੇ ਦੇਖਦੇ ਰੈਸ਼ਨਲ ਮਾਈਂਡ ਬਾਬਾ ਜੀ ਇਹ ਵਾਰ-ਵਾਰ ਕਹਿੰਦੇ ਤੂੰ ਨਾ ਇਸ ਰੂਪ ਵਿੱਚ ਸੋਚਿਆ ਕਰ ਇਹ ਕੰਮ ਕਰਦਾ ਕਿਤੇ ਬਲੀਵ ਕੰਮ ਕਰਦਾ ਵਿਸ਼ਵਾਸ ਰੈਸ਼ਨਲ ਮਾਈਂਡ ਉੱਥੇ ਥੱਕ ਜਾਂਦਾ ਉਹ ਕਹਿੰਦਾ ਵੀ ਮੈਂ ਤੇ ਕੋਈ ਸਪੋਸ ਕੋਈ ਨਵਾਂ ਕੰਮ ਸ਼ੁਰੂ ਹੋਇਆ ਕਿਸੇ ਨੇ ਕਿਸੇ ਨੇ ਅਜ ਤੱਕ ਬੱਚੇ ਦੀ ਗੱਲ ਹੀ ਕਰਾਂ ਉਹ ਆਰਟ ਸਾਈਡ ਤੋਂ ਪੜ ਰਿਆ ਸੀ ਚੀਜ਼ਾਂ ਇੱਕਦਮ ਕਿਤੇ ਮੈਡੀਕਲ ਸਾਈਡ ਤੇ ਪੜਨਾ ਕੁਝ ਪੈ ਗਿਆ ਉਹ ਕਹਿੰਦਾ ਯੂ نو ਮੈਨ ਨੂੰ ਨਹੀਂ ਤਾਂ ਪਤਾ ਲੱਗਦਾ ਆਈ ਵੋਂਟ ਬੀ ਏਬਲ ਟੂ ਡੂ ਇਟ ਨਹੀਂ ਕੀ ਤੇਰੇ ਵਰਗੇ ਬੰਦੇ ਮੈਡੀਕਲ ਸਕੂਲ ਵਿੱਚ ਪੜੇ ਨੇ ਪਹਿਲਾਂ ਹਾਂ ਪੜੇ ਨੇ ਫਲਾਂ ਬੰਦਾ ਪੜਿਆ ਫਲਾਂ ਪੜਿਆ ਫਲਾਂ ਪੜਿਆ ਪਰ ਠੀਕ ਹੈ ਜੋ ਪੜ ਸਕਦਾ ਤੂੰ ਵੀ ਪੜ ਸਕਦਾ ਬਲੀਫ ਇਫ that indivdual can do why not you ਇੱਥੇ ਫਿਰ ਇੱਕ ਵਿਸ਼ਵਾਸ ਆ ਜਾਂਦਾ ਹੈ ਵੀ ਹਾਂ ਇਹ ਚੀਜ਼ ਹੈ ਬਾਕ ਕੌਨਫੀਡੈਂਸ ਹਾਈ ਹੋ ਗਿਆ ਉਸ ਲੈਵਲ ਤੇ ਸੈਵਨੜੀ ਆਹ ਗੱਲ ਕੀਤੀ ਹੈ ਨਾ ਅਨੰਦ ਸਿੰਘ ਸਾਹਿਬ ਸੇਵੀਏ ਅੰਤਛੜਾਇ ਸੁਏ ਉਸ ਸਾਹਿਬ ਦੀ ਸੇਵਾ ਕਰ ਜਿਹੜਾ ਖੀਰ ਤੇਰਾ ਅਲਟੀਮੇਟ ਹੈਲਪ ਹੈ ਤੇਰੀ ਇੱਕ ਚੰਗੇ ਵਿਚਾਰ ਨੂੰ ਸੂਝ ਨੂੰ ਲੈਣ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਕਿਉਂਕਿ ਮਹਾਰਾਜ ਨੇ ਕਿਹਾ ਸੀਗਾ ਤੈਨੂੰ ਮੈਂ ਸ਼ਬਦ ਹੀ ਦੇ ਰਿਹਾ ਸ਼ਬਦ ਹੀ ਕਮਾਲੇ ਕਰਾਮਾਤ ਆ ਤੇਰੇ ਲਈ ਇਹੀ 파ਰਸ ਹੈ ਤੇਰੇ ਲਈ ਇਹੀ ਖਜ਼ਾਨਾ ਜ਼ਖੀਰਾ ਐਡਾ ਜ਼ਖੀਰਾ ਜਿੰਨਾ ਖਾਏਗਾ ਖਾਵੋ ਖਰਚੋ ਰਲ ਮਿਲ ਭਾਈ ਮਤਲਬ ਹੁੰਦਾ ਹੈ ਕਿ ਤੁਸੀਂ ਕੋਈ ਬਟਵਾ ਅਰਨ ਕਰੋ ਕੋਈ ਤੁਹਾਡੇ ਕੋਲ ਇਨਕਮ ਹੋਏ ਕਿਸੇ ਕਿਸਮ ਦਾ ਕੋਈ ਸੋਰਸ ਹੋਏ ਤੇ ਬੰਦਾ ਕਹਿੰਦਾ ਵੀ ਬਜਾ ਕੇ ਕੋਲ ਹੀ ਰੱਖਣਾ ਕਿਸੇ ਨੂੰ ਦੇਣਾ ਨਹੀਂ ਮੁੱਕ ਜਾਏਗਾ ਘਟ ਜਾਏਗਾ ਜੇ ਮੈਂ ਸ਼ੇਅਰ ਕਰਨ ਲੱਗ ਗਿਆ ਹਮ ਗੁਨਾ ਐਕਚੁਅਲੀ ਇਥੇ ਡਿਪਰੀਵ ਹੋ ਜਾਏ ਖਤਮ ਹੋ ਜਾਏਗਾ ਬਾਬਾ ਜੀ ਕਹਿੰਦੇ ਨਾ ਖਜ਼ਾਨਾ ਹੀ ਐਸਾ ਦੇ ਕੇ ਚੱਲਾ ਖਾਵੋ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਇੱਚ ਟੋਟਾ ਕੋਈ ਨਹੀਂ ਇਹ ਸਿੱਖਣ ਸਿਖਾਉਣ ਵਾਲੀਆਂ ਗੱਲਾਂ ਨੇ ਸਾਰੀਆਂ ਇਸੇ ਕਰਕੇ ਸਿੱਖਾਂ ਅਸੀਂ ਕਿਆ ਅਨੰਦਨ ਸਾਹਿਬ ਸੇਵੀ ਹੈ ਇਹਦੀ ਸੇਵਾ ਚ ਲੱਗ ਜਾ ਅੰਤ ਛਡਾਇ ਸੋਏ ਅਲਟੀਮੇਟ ਹੈਲਪ ਤੇਰੀ ਇਹੀ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਕਾਮਣੀ ਇੱਕ ਮੈਟਾਫੋਰ ਆ ਜੀਵ ਸਤਰੀ ਜਿਹਦੇ ਕੋਲ ਵਿਦਿਆ ਨਹੀਂ ਤਾਲੀਮ ਨਹੀਂ ਸਮਾਜ ਦੇ ਵਿੱਚ ਕੋਈ ਰਤਬਾ ਨਹੀਂ ਕੋਈ ਸਟੇਟਸ ਨਹੀਂ ਕੁਝ ਵੀ ਨਹੀਂ ਜਿਹਨੂੰ ਪੁੱਛਿਆ ਜਾਂਦਾ ਅੱਛਾ ਤੂੰ ਕਿਦੀ ਕੁੜੀ ਐ ਤੂੰ ਕਿਦੀ ਜਨਾਨੀ ਐ ਤੂੰ ਕਿਦੀ ਮਾਂ ਐ ਮੇਨ ਬੰਦੇ ਨਾਲ ਆਈਡੈਂਟੀਟੀ ਆ ਉਹਦੀ ਖਿੱਡੀ ਮਤਲਬ ਵਨਰੇਬਲ ਹਾਲਤ ਹੋਏਗੀ ਉਹਦੀ ਇਸ ਕਰਕੇ ਸਾਨੂੰ ਕਿਹਾ ਗਿਆ ਬਾਣੀ ਦੇ ਵਿੱਚ ਇਹ ਤੇਰੀ ਰੂਹ ਉਸ ਜੀਵਾਤਮਾ ਆਏ ਇਹ ਤੇ ਸਭ ਕਹਿੰਦੇ ਉਹ ਮੇਰੀ ਕਾਮਣੀ ਉਹ ਵਨਰੇਬਲ ਜਿਹੜੀ ਰੂਹ ਹੈ ਮੇਰੀ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਕਭਰਾ ਨਾ ਡਰ ਉਹਦੇ ਚ ਹੀ ਨਾ ਤੇਰਾ ਪਾਰ ਉਤਾਰਾ ਹੋਏਗਾ ਉਹ ਬੇਅੰਤ ਤੇਰੀ ਬਾਹ ਫੜੇਗਾ ਅਗਲਾ ਬਚਨ ਲਿਖਿਆ ਸਾਹਿਬ ਨੇ ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨੇ ਜਾਵਾਂ ਹੇ ਦਇਆ ਦੇ ਸੋਮੇ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਤੇਰੀ ਹੋਣ ਦਾ ਅਹਿਸਾਸ ਕਰਕੇ ਮੇਰਾ ਪਾਰ ਉਤਾਰਾ ਹੁੰਦਾ ਇਸ ਕਰਕੇ ਮੈਂ ਤੇਰੇ ਤੋਂ ਕੁਰਬਾਨ ਜਾਣਾ ਵਾ ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਏ ਸਰਬੰਗ ਸਾਚਾ ਸਭ ਦੇ ਵਿੱਚ ਸੱਚੋ ਆਪ ਹੀ ਹੈ ਦੂਜਾ ਨਾ ਹੀ ਕੋਏ ਉਹਦੇ ਤੋਂ ਬਿਨਾ ਹੋਰ ਹੈ ਕੀ ਹੈ ਇਸ ਤਰੀਕੇ ਨਾਲ ਲੈ ਲਿਆ ਜਾਏ ਕਿ ਮਨੁੱਖੀ ਮਨ ਮੰਡਲ ਦੇ ਵਿੱਚ ਆਲੇ-ਦੁਆਲੇ ਨਾਲ ਜਿਹੜੀ ਸਾਂਝ ਹੈ ਉਹ ਬੇਗਾਨਗੀ ਦੀ ਨਾ ਹੋਵੇ ਰੱਬ ਹਰ ਥਾਂ ਤੇ ਮੌਜੂਦ ਆ ਮੇਰੇ ਤੁਹਾਡੇ ਸਭ ਦੇ ਵਿੱਚ ਮੌਜੂਦ ਆ ਇਹ ਅਹਿਸਾਸ ਸੁਰਤ ਰੱਖੇ ਸੱਚ ਹੈ ਉਹ ਆਪ ਹੀ ਹੈ ਕਿਉਂ ਡਰਾਂ ਕਿਉਂ ਘਬਰਾਵਾਂ ਸਰਬੰਗ ਸਾਚਾ ਇੱਕ ਹੈ ਦੂਜਾ ਨਾ ਹੀ ਕੋਏ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਪਰ ਇਹੀ ਸੋਚਣ ਦਾ ਤਰੀਕਾ ਤਾਂ ਸਮਝ ਆਵੇ ਜੇ ਉਹਦੀ ਨਦਰ ਹੋਏ ਤੇ ਨਹੀਂ ਤੇ ਮਨ ਮਨ ਤੇ ਵਿਥ ਵਿਤਕਰਿਆਂ 'ਚ ਵਿਸ਼ਵਾਸ ਕਰਦਾ ਆ ਆਲੇ-ਦੁਆਲੇ ਤੋਂ ਵਿਤ ਪਾ ਕੇ ਰੱਖਣੀ ਵਿਤਕਰੇ ਵਿੱਚ ਰਹਿਣਾ ਦੂਜਿਆਂ ਤੋਂ ਵਿਤਕਰੇ ਸਵੀਕਾਰਨੇ ਦੂਜਿਆਂ ਨਾਲ ਵਿਤਕਰੇ ਕਰਨੇ ਇਹੀ ਮਨੁੱਖੀ ਸੁਭਾਅ ਆ ਇਹੀ ਡਰ ਆ ਸਾਡੇ ਨਾਲ ਮੇਰੇ ਨਾਲ ਕੋਈ ਵਿਤਕਰਾ ਨਾ ਕਰੇ ਮੈਂ ਮੈਂ ਕਿਸੇ ਨਾਲ ਵਿਤਕਰਾ ਹਾਂ ਮੈਂ ਵਿਤਕਰਾ ਕਰਾਂ ਵਾਰ-ਵਾਰ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਮੈਂ ਵਿਤਕਰੇ ਨਾਲ ਨਾ ਰਿਹਾ ਦੂਜੇ ਤੋਂ ਆਪਣੇ ਆਪ ਨੂੰ ਨਾ ਬਚਾਇਆ ਤੇ ਮੇਰਾ ਨੁਕਸਾਨ ਹੋ ਜਾਏਗਾ ਆ ਚੀਜ਼ਾਂ ਇਸ ਸਮਾਜੇ ਚੱਲ ਰਹੀਆਂ ਨੇ ਇਹੋ ਸਿਖਾਇਆ ਜਾਂਦਾ ਸਾਰੇ ਦਾ ਸਾਰਾ ਇਸ ਕਰਕੇ ਬੜਾ ਡਰਿਆ ਹੋਇਆ ਸਮਾਜ ਹਾਲਾਂਕਿਥੇ ਲਾਅਂਡ ਆਰਡਰ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਪਰ ਆਪ ਦੇਖੋਗੇ ਕਿੰਨਾ ਕੁ ਡਰ ਭੈ ਹੈ ਪੂਰੇ ক্লোਜ਼ ਸਰਕਟ ਕੈਮਰੇ ਲੱਗੇ ਨੇ అలਾਰਮ ਲੱਗੇ ਨੇ ਸਭ ਡਰ 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 ਨੂੰ ਇੰਡਸਟਰੀ ਬਣਾਤਾ ਗਿਆ ਪੂਰੇ ਬਲਕਿ ਮੰਨਿਆ ਗਿਆ ਜਿੰਨਾ ਵੱਧ ਡਰਾਓਗੇ ਓਨੇ ਵਧੀਆ ਹੋਏਗਾ ਅੱਜ ਸਾਈਬਰ ਕ੍ਰਾਈਮ ਫਲਾ ਕ੍ਰਾਈਮ ਡਾਰੀ ਡਾਰ ਇਹੀ ਵਿੱਚ ਆ ਜਾ ਰਿਹਾ ਸਾਰਾ ਸੋਸਾਇਟੀ ਇਹ ਨਹੀਂ ਸੋਚ ਰਹੀ ਕਿ ਜਿੰਨਾ ਜ਼ਿਆਦਾ ਡਰਾਵਾਂਗੇ ਡਰਾਂਗੇ ਬਿਮਾਰ ਹੋ ਜਾਾਂਗੇ ਇਹਦੇ ਬਿਲਕੁਲ ਆਪੋਜ਼ਿਟ ਹਾਂ ਸਮਾਜ ਵਿੱਚ ਜਿਓ ਮਾੜੇ ਚੰਗੇ ਸੁਭਾ ਸੰਸਾਰਕ ਤੌਰ ਤੇ ਹੁੰਦੇ ਨੇ ਪਰ ਇਹ ਥੋੜਾ ਆ ਕਿ ਸਭ ਬੀਜ ਨਾਸ ਹੋ ਜਾਏਗਾ ਨਾ ਉਹ ਰੱਬ ਮੌਜੂਦ ਆ ਉਹਦਾ ਕਾਨੂੰਨ ਆ ਆਪਣਾ ਇਥੇ ਸਭ ਚੀਜ਼ਾਂ ਦੇ ਵਿੱਚ ਉਹਦੀ ਆਪਣੀ ਹਸਤੀ ਹੋਣ ਮੌਜੂਦ ਆ ਵਿਸ਼ਵਾਸ ਉਹਦੇ ਤੇ ਕਰ ਜੋ ਐਥਿਕਲੀ ਬਣਦਾ ਉਹਨੂੰ ਕਰੀ ਚੱਲ ਹਰ ਥਾਂ ਤੇ ਜ਼ਰੂਰੀ ਨਹੀਂ ਕੂੜ ਵਰਤੇਗਾ ਸੱਚ ਵੀ ਵਰਤੇਗਾ ਇਥੇ ਕ ਬਚਨ ਕਿਹਾ ਸਰਬੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕਿ સેવા ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਮ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰਾ ਲਾਗ ਰਹਾ ਹੈ ਮਾਲਕ ਮੈਨੂੰ ਤੇ ਵਡਿਆਈ ਬਖਸ਼ ਦੇ ਤੇਰੇ ਨਾਮ ਦਾ ਪੱਲਾ ਫੜ ਕੇ ਰੱਖਾਂ ਤੇਰੀ ਹੋਣ ਦਾ ਅਹਿਸਾਸ ਸੁਰਤਿ ਚ ਰੱਖਾਂ ਹਰ ਵਕਤ ਉਹਦੇ ਨਾਲ ਹੀ ਲੱਗਿਆ ਰਹਾ ਸਭ ਵਡਿਆਈ ਤੇ ਜਿਤਨਾਮ ਤੇਰਾ ਲਾਗ ਰਹਾ ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਹੇ ਰੱਬ ਜੀ ਤੇਰੇ ਤੋਂ ਬਿਨਾ ਹੋਰ ਮੇਰੀ ਆਸਥਾ ਦਾ ਮਰਕਜ਼ ਵੀ ਕੀ ਹੈਗਾ ਆ ਆਪਾਂ ਸ਼ੁਰੂਆਤ ਵਿੱਚ ਬਾਤ ਕੀਤੀ ਸੀ ਉਹਦਾ ਕੋ ਰੂਪ ਸਰੂਪ ਨਹੀਂਗਾ ਪਰ ਉਹਦੀ ਮੌਜੂਦਗੀ ਸਾਡੀਆਂ ਸੋਚਾਂ ਤੇ ਸਾਡੀ ਸੁਰਤ ਵਿੱਚ ਹੀ ਹੁੰਦੀਆਂ ਨੇ ਸੋ ਇਸ ਕਰਕੇ ਆਪਾਂ ਆਪਣੀ ਸੁਰਤ ਨੂੰ ਸ਼ਬਦ ਦੇ ਜ਼ਰੀਏ اتنا ਕੈਪੇਬਲ ਬਣਾਈਏ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਹਰ ਵਕਤ ਸਾਡੇ ਅੰਗ ਸੰਗ ਹੋਏ ਇਸ ਕਰਕੇ ਕਿਆ ਕਿ हे ਮਾਲਕ ਸਭ ਵਿੜਾਈ ਤੇ ਇਹ ਵਿੜਾਈ ਵੱਡੂ ਬਖਸ਼ ਦੇ ਮੈਨੂੰ ਜਿਤਨਾਮ ਤੇਰਾ ਲਾਗ ਰਹਾ ਜਿਦਨੇ ਕਰਕੇ ਮੈਂ ਤੇਰੇ ਨਾਮ ਦੇ ਨਾਲ ਹਰ ਵਕਤ ਲਗਾ ਰਹਾ ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏਗਾ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਸੇਵੀ ਸਾਹਿਬ ਆਪਣਾ ਅਬਰ ਨਾ ਜਾਚੋਂ ਕੋ ਜਾਚੋਂ ਯਾਚਨਾ ਕਰਨ ਵਾਲਾ ਤਰਲਾ ਲੈਣ ਵਾਲਾ ਮੈਂ ਕਿਸੇ ਹੋਰਗੇ ਤਰਲਾ ਕਿਉਂ ਕਰਾਂ ਮੇਰੇ ਲਈ ਤੇ ਸਾਹਿਬ ਤੂੰ ਹੀ ਹੈ ਇਸ ਕਰਕੇ ਮੈਂ ਤੈਨੂੰ ਸਾਹਿਬ ਮੰਨਾਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋ ਨਾਨਕ ਤਾਕਾ ਦਾਸ ਹੈ ਬਿੰਦ-ਬਿੰਦ ਚੁੱਕ-ਚੁੱਕ ਹੋਏ ਨਾਨਕ ਕਹਿ ਮੈਂ ਤੇ ਵਾਰ-ਵਾਰ ਉਹਦੇ ਤੋਂ ਹੀ ਕੁਰਬਾਨ ਜਾਨਾ ਉਹਦੇ ਤੋਂ ਹੀ ਵਾਰਨੇ ਜਾਨਾ ਸਾਹਿਬ ਤੇਰੇ ਨਾਮ ਬਿਟੂ ਬਿੰਦ-ਬਿੰਦ ਚੁੱਕ-ਚੁੱਕ ਹੋਏ ਹੈ ਨਾਨਕ ਕਹਿ ਉਹਦੇ ਨਾਮ ਤੋਂ ਹੈ ਸਾਹਿਬ ਜਦੀ ਮਲਕੀਅਤ ਆ ਬਿੰਦ-ਬਿੰਦ ਵਾਰਾ ਦੁਬਾਰਾ ਚੁੱਕ-ਚੁੱਕ ਆਪਣਾ ਆਪਾ ਕੁਰਬਾਨ ਕਰਦਿਆਂ ਹੋਇਆ ਮੈਂ ਉਹਦੇ ਨਾਲ ਸਮਰਪਤ ਨੇ ਰੂਪ ਦੇ ਵਿੱਚ ਜੁੜਾ ਮੌਲਿਕ ਗੱਲ ਇਹ ਹੋਈ ਹੈ ਕਿ ਜੀਵਨ ਸਮਰਪਣ ਦੇ ਰੰਗ ਦੇ ਵਿੱਚ ਆ ਜਾਏ ਤੇ ਆ ਜਾਏ ਸਮਰਪਣ ਦੇ ਰੰਗ ਚ ਉਸ ਸੱਚੀ ਸੂਚੀ ਵਿਚਾਰਧਾਰਾ ਨੂੰ ਜਿਹਦੇ ਸਦਕਾ ਸਾਡੇ ਜੀਵਨ ਦਾ ਕਲਿਆਣ ਹੋ ਸਕਦਾ ਆ ਸਾਬ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਦੀ ਲਈ ਦੁਆ ਹੈ ਇਨੀਆਂ ਕ ਬਿੰਦੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਸਤਾਰਿਓ ਜੀ ਇਥੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ